ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਅੱਜ ਦੇ ਮਾਡਰਨਾਈਜੇਸ਼ਨ ਯੁੱਗ ਵਿੱਚ ਹਰ ਕਿਸੇ ਦੀ ਰੁਟੀਨ ਬਹੁਤ ਜ਼ਿਆਦਾ ਖਰਾਬ ਹੋਈ ਪਈ ਹੈ ਤੇ ਆਮ ਤੌਰ ਤੇ ਦੇਖਦੇ ਕਿ ਡਾਇਬੀਟੀਜ਼ ਦੀ ਜਿਹੜੀ ਬਿਮਾਰੀ ਹੈ ਇੱਕ ਨੌਜਵਾਨ ਨੂੰ ਬੜੀ ਛੇਤੀ ਲੱਗਦੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਗੋਲੀਆਂ ਖਾਣੀ ਪੈਂਦੀ ਹੈ ਤੇ ਕਿਤੇ ਨਾ ਕਿਤੇ ਜਵਾਨੀ ਵਿੱਚ ਵੀ ਸਾਈਡ ਇਫੈਕਟ ਕਰਦੀ ਹੈ ਤੇ ਜਿਹੜੇ ਲੋਕ ਬੁੱਢੇ ਹੋ ਜਾਂਦੇ ਆ ਵਿਚਾਰਿਆਂ ਨੂੰ ਵੈਸੇ ਬਹੁਤ ਸਾਰੀਆਂ ਗੋਲੀਆਂ ਖਾਣੀ ਪੈਂਦੀ ਤੇ ਇੱਕ ਹੋਰ ਗੋਲੀ ਜਿਹੜੀ ਕਿ ਸ਼ੂਗਰ ਦੀ ਗੋਲੀ ਜਿਹਨੂੰ ਕਹਿ ਦਿੰਦੇ ਆ ਉਹ ਐਡ ਹੋ ਜਾਂਦੀ ਹੈ। ਪਰ ਅੱਜ ਅਸੀਂ JT ਆਯੁਰਵੇਦਾ ਦੇ ਤੁਹਾਨੂੰ ਲੈ ਕੇ ਆਏ ਆ, ਅਸੀਂ ਫਲੋਰ ਵਿੱਚ ਮੌਜੂਦ ਹੈ ਤੇ ਇੱਥੇ ਤੁਸੀਂ ਜੇਕਰ ਮਾਲਿਸ਼ ਕਰਦੇ ਹੋ ਪੈਰਾਂ ਦੀ ਅੱਧਾ ਘੰਟਾ ਹੀ ਤੇ ਤੁਹਾਡਾ ਜਿਹੜਾ ਕਿ ਬਹੁਤ ਜ਼ਿਆਦਾ ਸ਼ੂਗਰ ਲੈਵਲ ਹੈ ਉਹ ਬਹੁਤ ਜ਼ਿਆਦਾ ਡਾਊਨ ਆ ਜਾਊਗਾ। ਮੈਂ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਹਾਂ, ਮਾਹੌਲ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਗੱਡੀਆਂ ਇੱਥੇ ਖੜੀਆਂ ਵਾ, ਲੋਕ ਦੂਰੋਂ ਦੂਰੋਂ ਇੱਥੇ ਪਹੁੰਚਦੇ ਪਏ ਨੇ ਕਿਉਂਕਿ ਇੱਕ ਵਿਸ਼ਵਾਸ ਬਣ ਚੁੱਕਿਆ ਉਹਨਾਂ ਦਾ ਕਹਿਣਾ ਕਿ ਅਸੀਂ ਗੋਲੀ ਛੱਡ ਦਾਂਗੇ ਤੇ ਇੱਥੇ ਆ ਕੇ ਜਿਹੜੀ ਕਿ ਮਾਲਿਸ਼ ਕਰਾਂਗੇ ਤੇ ਸਾਨੂੰ ਰਿਜ਼ਲਟ ਜਿਹੜੇ ਕਿ ਮਿਲਦੇ ਪਏ ਆ। ਤੇ ਅੰਦਰ ਅਸੀਂ ਵੈਦ ਸੁਰਿੰਦਰ ਜੀ ਨਾਲ ਵੀ ਮਿਲਵਾਵਾਂਗੇ, ਉਹਨਾਂ ਤੋਂ ਪੁੱਛਾਂਗੇ ਕਿ ਆਖਿਰ ਇੰਨਾ ਛੇਤੀ ਰਿਜ਼ਲਟ ਕਿਸ ਤਰ੍ਹਾਂ ਮਿਲਦਾ ਪਿਆ, ਕਿਹੜੀ ਕਿਹੜੀ ਚੀਜ਼ਾਂ ਇੱਦਾਂ ਦੀ ਪਾ ਦਿੱਤੀਆਂ ਕਿ ਲੋਕ ਕਹਿੰਦੇ ਕਿ ਅਸੀਂ ਗੋਲੀ ਛੱਡਦੇ ਪਏ ਤੇ ਹੁਣ ਅਸੀਂ ਜਿਹੜਾ ਕੀ ਹੈ ਇਹ ਮਾਲਿਸ਼ ਜਿਹੜੀ ਕੀ ਹੈ ਰੋਜ਼ ਜਿਹੜੀ ਕਿ ਸ਼ੁਰੂ ਕਰਾਂਗੇ। ਅੰਦਰ ਚਲਦੇ ਹਾਂ, ਗੱਲਬਾਤ ਕਰਦੇ ਤੇ ਜਾਣਦੇ ਹਾਂ ਕਿ ਆਖਿਰ ਫਾਇਦਾ ਇੰਨੀ ਜਲਦੀ ਕਿਸ ਤਰ੍ਹਾਂ ਮਿਲਦਾ ਪਿਆ। ਤੇ ਬਿਲਕੁਲ ਅਸੀਂ ਅੰਦਰ ਪਹੁੰਚ ਚੁੱਕੇ ਹੋਏ ਹਾਂ ਤੇ ਸਾਡੇ ਨਾਲ ਵੈਦ ਸੁਰਿੰਦਰ ਜੀ ਮੌਜੂਦ ਹੈ। ਸਰ ਪਹਿਲਾਂ ਤਾਂ ਨਿਊਜ਼ 18 ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਤੁਹਾਡਾ ਵੀ ਸਵਾਗਤ ਸਾਡੇ ਸੈਂਟਰ ਤੇ। ਸਰ ਮੈਂ ਅੰਦਰ ਵੜਿਆ ਵਾਂ ਤੇ ਲੋਕ ਬੜੇ ਖੁਸ਼ ਹੈਗੇ, ਕਹਿੰਦੇ ਅਸੀਂ ਗੋਲੀਆਂ ਖਾਂਦੇ ਸੀ ਗੋਲੀਆਂ ਛੱਡਤੀ, ਜਿਹੜਾ ਤੁਹਾਡਾ ਤੇਲ ਹੈਗਾ ਵਾ ਇਹ ਲਗਾਉਣਾ ਸ਼ੁਰੂ ਕਰਤਾ ਤੇ ਫਰਕ ਮਹਿਸੂਸ ਹੋ ਰਿਹਾ, ਕੀ ਖਾਸੀਅਤ ਕੀ ਹੈ? ਵੈਰੀ ਗੁੱਡ, ਬਹੁਤ ਵਧੀਆ ਸਵਾਲ ਹੈ। ਸਾਰੇ ਪੁੱਛਦੇ ਆ, ਕਹਿੰਦੇ ਵੀ ਆ ਵੀ ਇਹ ਕਿਹੜਾ ਤੇਲ ਇਹਨਾਂ ਦੇ ਹੱਥ ਲੱਗ ਗਿਆ। ਤੋ ਤੇਲ ਨਹੀਂ, ਪਹਿਲੀ ਗੱਲ ਤੇ ਹੈਗਾ ਤੇਲ ਜਿਹੜਾ ਛੇਤੀ ਆਪਣੀ ਬੋਡੀ ਦੇ ਵਿੱਚ ਲੋਕ ਮਸਾਜ ਲਈ ਵਰਤਦੇ ਜ਼ਰੂਰ ਆ ਪਰ ਅਬਜ਼ਰਬ ਨਹੀਂ ਕਰਦਾ, ਠੀਕ ਹੈ ਨਾ। ਇਹਦੇ ਸਾਡੇ ਐਕਸਟ੍ਰੈਕਟ ਹੈਗਾ ਜਿਹੜੀ ਬਹੁਤ ਜ਼ਿਆਦਾ ਸਾਡੀ ਟੀਮ ਨੇ ਮਿਹਨਤ ਕੀਤੀ ਆ, ਜੜੀਆਂ ਬੂਟੀਆਂ ਜਿਹੜੀਆਂ ਖੁਦਾ ਨੇ ਸਾਨੂੰ ਦਿੱਤੀਆਂ ਆ ਉਹਨਾਂ ਦੇ ਵਿੱਚ ਬਹੁਤ ਮੈਡੀਸਨਲ ਪ੍ਰੋਪਰਟੀ ਹੈਗੀ ਆ, ਠੀਕ ਹੈ ਨਾ। ਤੋ ਇਹਦੇ ਵਿੱਚ ਅਸੀਂ ਰਿਸਰਚ ਕੀਤੀ ਆ ਵੀ ਕੋਰੀਆ ਤੋਂ ਕੋਈ ਜੜੀਆਂ ਬੂਟੀਆਂ ਲਈਆਂ ਕੋਈ ਇੱਥੋਂ ਨਹੀਂ, ਉਹਨਾਂ ਦਾ ਅਰਥ ਕੱਢਿਆ ਸੀ, ਐਕਸਟ੍ਰੈਕਟ ਹੈਗਾ, ਠੀਕ ਹੈ, ਵਾਟਰ ਫਾਰਮ ਵਿੱਚ ਹੈਗਾ ਇਹ, ਠੀਕ ਹੈ ਨਾ। ਜਦੋਂ ਵੀ ਤੁਸੀਂ ਇਹਦੀਆਂ ਚਾਰ ਬੂੰਦਾਂ ਪਾਉਂਦੇ ਆ ਹੱਥਾਂ ਪੈਰਾਂ ਦੀ ਮਸਾਜ ਕਰਦੇ ਆ ਕਿਉਂਕਿ ਹੱਥਾਂ ਪੈਰਾਂ ਦੇ ਵਿੱਚ ਸਾਰੇ ਜਿਹੜੇ ਵਾਈਟਲ ਆਰਗਨਸ ਹੈਗੇ ਆ ਉਹ ਕਨੈਕਟਿਵਿਟੀ ਉਹਦੀ ਹੈਗੀ ਸਾਡੇ ਨਾਲ। ਜਦੋਂ ਇਹਦੇ ਡ੍ਰੌਪ ਪਾ ਕੇ ਚਾਰ ਬੂੰਦਾਂ ਸਿਰ ਪਾਉਣੇ, ਚਾਰ ਬੂੰਦਾਂ ਅੱਛਾ ਪਾ ਕੇ ਆਪਣੇ ਪੈਰਾਂ ਦੀ ਮਸਾਜ ਕਰਨੀ ਖੱਬੇ ਦੀ 6 ਮਿੰਟ 6 ਮਿੰਟ ਸੱਜੇ ਦੀ, ਠੀਕ ਹੈ। ਤੋ ਇਹ ਅੱਧੇ ਘੰਟੇ ਦੇ ਵਿੱਚ ਅਬਜ਼ਰਬ ਹੋਣਾ ਸ਼ੁਰੂ ਹੋ ਜਾਂਦਾ ਹੈ, ਪੈਨਕ੍ਰੀਆਸ ਦੇ ਜਿਹੜੇ ਬੀਟਾ ਸੈੱਲ ਆ ਉਹਨਾਂ ਨੂੰ ਜਿਉਂਦਾ ਕਰਨ ਦਾ ਐਕਟੀਵੇਟ ਕਰਦਾ। ਮਤਲਬ ਇਹਨੂੰ ਅੱਧੇ ਘੰਟੇ ਰਗੜਨਾ ਪਊਗਾ ਜਾਂ ਫਿਰ ਇਹਨੂੰ 2-4 ਮਿੰਟ ਕਰਨ ਤੋਂ ਬਾਅਦ ਛੱਡ ਦੇਣਾ ਪੈਰ ਨੂੰ? ਰਗੜਨਾ ਨਹੀਂ ਹੈਗਾ, ਵੈਸੇ ਪੈਰ ਜਿਹੜੇ ਆ ਕੋਈ ਆਇਲ ਨਹੀਂ ਯੂਜ਼ ਕੀਤਾ ਹੋਣਾ ਚਾਹੀਦਾ ਪੈਰਾਂ ਤੇ, ਚੰਗੀ ਤਰ੍ਹਾਂ ਵਾਸ਼ ਸਾਫ਼ ਕੀਤੇ ਹੋਣੇ ਚਾਹੀਦੇ ਆ। ਜਿੱਦਾਂ ਲੇਡੀਜ਼ ਆਪਣੇ ਘਰਾਂ ਵਿੱਚ ਝਾਮਾ ਯੂਜ਼ ਕਰਦੀਆਂ ਸੀ ਨਾ, ਮਤਲਬ ਸਕਿਨ ਹੁੰਦੀ ਡੈਡ ਸਕਿਨ ਸਾਡੇ ਪੈਰਾਂ ਦੇ ਵਿੱਚ, ਉਹ ਚੰਗੀ ਤਰ੍ਹਾਂ ਕਲੀਨ ਨਹੀਂ ਕਰਦੇ, ਉਹ ਸਾਫ਼ ਹੋਣੀ ਚਾਹੀਦੀ ਆ, ਇਹੀ ਸਾਡੀ ਗੱਲ ਹੈਗੀ ਆ। ਤੇ ਤੁਸੀਂ ਹੱਥਾਂ ਤੇ ਆਪਣੇ ਚਾਰ ਬੂੰਦਾਂ ਪਾਉਣੀਆਂ ਆ ਕੱਪ ਦੇ ਨਾਲ, ਠੀਕ ਹੈ। ਇੱਦਾਂ ਆਪਣੇ ਆ ਗੋਡੇ ਤੇ ਰੱਖੋ ਤੁਸੀਂ ਆਪਣੇ ਪੈਰ, ਇੱਥੇ ਗੋਡੇ ਤੇ ਰੱਖੋ ਪੈਰ, ਮੰਨ ਲਓ ਤੁਸੀਂ ਇਸ ਪੈਰ ਦੀ ਮਸਾਜ ਕਰਨੀ ਆ, ਤੁਹਾਡੇ ਉਲਟੇ ਹੱਥ ਨਾਲ ਤੁਸੀਂ ਕਰਨੀ, ਚਾਰ ਬੂੰਦਾਂ ਪਾ ਕੇ ਆਪਣੇ ਪੈਰ ਦੀ ਮਸਾਜ ਕਰਨੀ, ਇਹਦੇ ਦੂਸਰੇ ਪੈਰ ਦੀ ਕਰਨੀ, ਉਸ ਤੋਂ ਬਾਅਦ ਹੱਥਾਂ ਦੇ ਚਾਰ ਬੂੰਦਾਂ ਪਾ ਕੇ ਹੱਥਾਂ ਦੀ ਮਸਾਜ ਕਰਨੀ। ਸਿੰਪਲ ਜਿਹਾ ਫੰਡਾ ਆ, ਸੌਖਾ ਜਿਹਾ ਤਰੀਕਾ ਆ, ਈਜ਼ੀ ਵੇ ਹੈਗਾ ਆ, ਨਾ ਕੋਈ ਟੀਕਾ ਲਾਉਣਾ ਨਾ ਕੋਈ ਦਵਾਈ ਖਾਣੀ। ਲੇਕਿਨ ਵੈਸੇ ਕਈ ਵਾਰੀ ਪਤਾ ਕੀ, ਹੁਣ ਇੱਕ ਟ੍ਰੈਂਡ ਚੱਲ ਪਿਆ ਕਿ ਨੈਚੁਰਲ ਕਿਹਾ ਜਾਂਦਾ ਚੀਜ਼ਾਂ ਨੂੰ, ਪਰ ਉਹ ਨੈਚੁਰਲ ਹੁੰਦੀਆਂ ਨਹੀਂ ਹੈਗੀਆਂ ਅਕਸਰ। ਇਹ ਹੁੰਦਾ ਵਾ ਕਿ ਪਹਿਲਾਂ ਪਹਿਲਾਂ ਤਾਂ ਇਹਨਾਂ ਦਾ ਇਸਤੇਮਾਲ ਕਰਨਾ ਤਾਂ ਚੰਗਾ ਲੱਗਣਾ, ਜਦੋਂ ਮਹੀਨੇ 2 ਮਹੀਨੇ ਬੀਤ ਜਾਣੇ ਬਾਅਦ ਚ ਸਾਈਡ ਇਫੈਕਟ ਤਾਂ ਨਹੀਂ ਹੋਣੇ ਸ਼ੁਰੂ ਹੋ ਜਾਂਦੇ ਫਿਰ? ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ, ਬਹੁਤ ਲੰਬੀ ਰਿਸਰਚ ਤੋਂ ਬਾਅਦ ਅਸੀਂ ਇਹਨੂੰ ਲਾਂਚ ਕੀਤਾ ਹੈਗਾ। ਤੁਸੀਂ ਹੈਰਾਨ ਹੋਵੋਗੇ ਜੇ ਮੈਂ ਤੁਹਾਨੂੰ ਸਾਰੀਆਂ ਜੜੀਆਂ ਬੂਟੀਆਂ ਦਾ ਨਾਮ ਦੱਸਾਂ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਇਹ ਆਮ ਯੂਜ਼ ਕਰਦੇ ਆ, ਠੀਕ ਹੈ ਨਾ। ਕੋਰੀਆ ਦੇ ਵਿੱਚੋਂ ਕੁਝ ਜੜੀਆਂ ਬੂਟੀਆਂ ਅਸੀਂ ਸਪੈਸ਼ਲ ਮੰਗਵਾਈਆਂ ਜਿਹੜੀਆਂ ਪੈਨਕ੍ਰੀਆਸ ਦੇ ਬੀਟਾ ਸੈੱਲ ਨੂੰ ਹੀ ਐਕਟੀਵੇਟ ਕਰਨਗੀਆਂ, ਕੱਲਾ ਪੈਨਕ੍ਰੀਆਸ ਦੇ ਨਹੀਂ, ਪੈਨਕ੍ਰੀਆਸ ਦੇ ਬੀਟਾ ਸੈੱਲ ਨੂੰ ਐਕਟੀਵੇਟ ਜਿਹੜੇ ਬਾਕੀ ਦੇ ਆਰਗਨ ਸਾਡੇ ਹੈਗੇ ਆ ਉਹਨਾਂ ਨੂੰ ਵੀ ਉਹ ਐਕਟੀਵੇਟ ਕਰਦੇ ਹੈਗੇ ਆ। ਪੁਨਰਵਾ, ਕਲੌਂਜੀ, ਚਰੈਤਾ, ਆਮਲਾ, ਕਰੇਲਾ, ਜਾਮਣ, ਨਿੰਮ, ਨਿੰਬੋਲੀਆਂ,
ਬਹੁਤ ਕੁਛ ਪਾਇਆ ਇਹਦੀਆਂ, ਠੀਕ ਹੈ ਨਾ, ਸਾਰੀਆਂ ਚੀਜ਼ਾਂ ਮੈਂ ਹਿਡਨ 'ਚ ਰੱਖੀਆਂ, ਉਹ ਨਹੀਂ ਦੱਸੂੰਗਾ, ਜੇ ਤੁਸੀਂ ਇਹਦਾ ਫਾਰਮੂਲਾ ਲਾਂਚ ਕਰਨ ਤਾਂ ਕਰ ਲਿਓ। ਯਾਨੀ ਕਿ ਸਪੈਸ਼ਲ ਫਾਰਮੂਲਾ ਬਹੁਤ ਟਾਈਮ ਲੱਗਿਆ, ਪਰ ਇੱਕ ਚੀਜ਼ ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਜਿਹੜੇ ਨੌਜਵਾਨ ਹੈਗੇ ਬੜੀ ਛੇਤੀ ਉਹਨਾਂ ਨੂੰ ਸ਼ੂਗਰ ਆਉਣ ਲੱਗ ਗਈ। ਅੱਗੇ ਤਾਂ ਚਲੋ ਦੇਖਦੇ ਸੀ 50 ਜਾਂ 60 ਤੋਂ ਉੱਪਰ ਜਿਹੜੀ ਏਜ ਹੁੰਦੀ ਸੀ ਉਹਨਾਂ ਨੂੰ ਹੁੰਦੀ ਸੀ, ਪਰ ਹੁਣ 18-16 ਸਾਲ ਦੇ ਬੱਚਿਆਂ ਨੂੰ ਆਪਾਂ ਸੁਣਦੇ ਕਿ ਯਾਰ ਇਹਨੂੰ ਸ਼ੂਗਰ, ਇਹਦੀ ਮਾਂ ਕਹਿੰਦੀ ਇਹਨੂੰ ਗੋਲੀ ਦੇਣੀ ਪੈਂਦੀ। ਬਹੁਤ ਪੇਸ਼ੈਂਟ ਆਉਂਦੇ ਆ, ਕੱਲ੍ਹ ਵੀ ਮੇਰੇ ਕੋਲ ਇੱਕ ਪੇਸ਼ੈਂਟ ਨੌਜਵਾਨ ਆ, ਬਾਸਕਟਬਾਲ ਦਾ ਪਲੇਅਰ ਸੀ, ਉਹਦਾ ਫਾਦਰ ASA ਸੀ, ਅੱਜ ਮੈਂ ਬਣਾਉਣਾ ਚਾਹੁੰਦਾ ਸੀ ਪਰ ਉਹ ਆਪਣੇ ਬੱਚੇ ਨੂੰ ਹਿਡਨ ਰੱਖਣਾ ਚਾਹੁੰਦੇ ਸੀ। ਉਹਦੀ ਸ਼ੂਗਰ ਅਸੀਂ ਕੱਲ੍ਹ ਚੈੱਕ ਕੀਤੀ, ਉਹ ਜੁੜ ਲੈਂਦਾ 20-20 ਸਵੇਰੇ ਸ਼ਾਮ, ਉਹ ਜੁੜ ਜਿਹੜੇ ਉਹਦੇ ਸਿੱਧੇ ਰਿਡਿਊਸ ਕੀਤੇ ਆ, ਮੈਂ ਸ਼ੂਗਰ ਲੈਸ ਕੀਤੀ ਆ, ਥੈਰੇਪੀ ਅੱਧਾ ਘੰਟਾ ਮੈਂ ਕਰਵਾਈ ਉਹ ਤੋਂ। ਉਹ ਜਿਹੜੀ ਮੈਂ ਕਿਹਾ ਵੀ ਕੱਲ੍ਹ ਅਸੀਂ ਸਾਡੇ ਕੋਲ ਚੈਨਲ ਵਾਲੇ ਆਉਣਗੇ, ਤੇ ਉਹ ਕਹਿੰਦੇ ਬਈ ਪਲੀਜ਼ ਮੇਰਾ ਮੁੰਡਾ ਨੌਜਵਾਨ ਹੈਗਾ, 14-15 ਸਾਲ ਦਾ ਸੀ, ਤੇ ਇਹਨੇ ਜਵਾਨ ਹੋਣਾ, ਫਿਰ ਇਹਦੀ ਵੀਡੀਓ ਪਹਿਲੇ ਚੱਲ ਗਈ ਲੋਕਾਂ ਕੋਲ ਵੀ ਇਹ ਇਨਸੁਲਿਨ ਦਾ ਸ਼ਿਕਾਰ ਆ, ਉਹ ਹਿਰਨੇ 'ਚ ਰੱਖ ਲਿਆ। ਮਤਲਬ ਜਿਹੜਾ ਤੁਹਾਡਾ ਸਵਾਲ ਆ ਕਿ ਉਹ ਇਨਸੁਲਿਨ ਲੈ ਰਹੇ ਆ, ਹੁਣ ਮੈਂ ਇੱਕ ਦੇਖਦਾ ਆ ਜਦੋਂ ਮੈਂ ਕਦੇ ਵਿਆਹ ਸ਼ਾਦੀ ਜਾਂਦਾ ਨਾ, ਛੋਟੀਆਂ ਛੋਟੀਆਂ ਬੋਟਲਾਂ ਕੋਕ ਦੀਆਂ ਛੋਟੀ ਛੋਟੀ ਆਪਣੇ ਬੱਚੇ ਚੁੱਕੇ ਹੁੰਦੇ ਮਾਮਾ ਨੇ, ਉਹਦੇ ਮੂੰਹ ਦੇ ਵਿੱਚ ਉਹ ਕੋਕ ਦਿੱਤਾ ਹੁੰਦਾ, ਮੈਨੂੰ ਇੰਨਾ ਗੁੱਸਾ ਆਉਂਦਾ ਉਹਨਾਂ ਤੇ ਕਿ ਇਹਨਾਂ ਨੂੰ ਇਨਸੁਲਿਨ ਲੱਗਣੀ ਹੀ ਲੱਗਣੀ ਹੈ। ਪਤਾ ਕਿਉਂ? ਜਿਹੜੀ ਇੱਕ ਛੋਟੀ ਜਿਹੀ ਬੋਟਲ ਆ, ਜਿਹੜਾ ਟੀ ਸਪੂਨ ਹੈ ਤੁਹਾਡਾ, 8.5 ਸਪੂਨ ਉਸ ਕੋਕ ਦੀ ਛੋਟੀ ਜਿਹੀ ਬੋਤਲ ਦੇ ਵਿੱਚ 8.5 ਸਪੂਨ ਸ਼ੂਗਰ ਦੇ ਆ, ਚੀਨੀ ਦੇ ਆ, ਖੰਡ ਦੇ ਆ, ਜਿਹੜੀ ਬੜੇ ਹੀ ਬੈਡ ਤਰੀਕੇ ਨਾਲ ਇਹਨੂੰ ਬਣਾਇਆ ਜਾਂਦਾ। ਉਹਦੇ ਵਿੱਚ ਇੱਕ ਟਰੱਕ ਚੂਨੇ ਦਾ ਸਿੱਟਣਾ ਪੈਂਦਾ ਕਲੀ ਦਾ, ਤਦ ਕਿਤੇ ਉਹਦੀ ਸਫਾਈ ਹੁੰਦੀ ਆ, ਵਾਈਟ ਬਣਦੀ ਆ, ਠੀਕ ਹੈ ਨਾ। ਹੁਣ 8.5 ਸਪੂਨ ਇਹਦੇ ਵਿੱਚ ਪਾਏ ਹੋਣਗੇ, ਛੋਟੇ ਬੱਚੇ ਨੂੰ ਅਸੀਂ ਦੇਣ ਲੱਗ ਪਏ, ਤਾਂ ਤੁਸੀਂ ਹੁਣ ਕੀ ਆਸ ਰੱਖਦੇ ਹਾਂ ਕਿ ਉਹ ਇਨਸੁਲਿਨ ਨਹੀਂ ਲਏਗਾ, ਡਾਇਬਟਿਕ ਪੇਸ਼ੈਂਟ ਨਹੀਂ ਹੋਏਗਾ? ਇਹ ਸਾਡੀਆਂ ਕੁਝ ਖਾਣ ਪਾਣ ਦੇ ਜਿਹੜੇ ਤਰੀਕੇ ਆ, ਖਾਣ ਪਾਣ ਦੇ 35% ਅਸੀਂ ਆਪ ਸ਼ੂਗਰ ਨੂੰ ਆਪਣੀ ਬੋਡੀ ਦੇ ਵਿੱਚ ਲਿਆਉਂਦੇ ਹਾਂ। 35% ਜਿਹੜੀ ਮੈਂ ਗੱਲ ਕਰਦਾ ਬੱਚਿਆਂ ਤੋਂ ਉੱਪਰ ਹੈਗੇ ਆ, 65% ਲੋਕ ਜਿਹਨਾਂ ਨੇ ਆਪਣੇ ਦਿਮਾਗ ਤੋਂ ਇੱਥੋਂ ਬ੍ਰੇਨ ਤੋਂ ਸ਼ੂਗਰ ਨੂੰ ਲਿਆਉਂਦੀ ਹੈ, ਟੈਨਸ਼ਨਾਂ ਮੁਕਦੀਆਂ ਲਈਆਂ ਆ, ਸੈੱਟ ਵੀ ਹੈਗੇ ਆ, ਡਿਪਰੈਸ਼ਨ ਚੱਲ ਗਏ, ਐਨਜਾਇਟੀ ਹੈਗੇ ਆ, ਉਹ 65% ਜੋ ਉਹਦਾ ਕਾਰਨ ਹੈਗਾ ਕਿ ਉਹਨਾਂ ਨੂੰ ਸ਼ੂਗਰ ਹੋ ਜਾਂਦੀ ਹੈ। ਤੇ ਬੱਚਿਆਂ ਦਾ ਮੈਂ ਬਹੁਤ ਜ਼ਿਆਦਾ ਧਿਆਨ ਰੱਖਦਾ ਕਿ ਬੱਚਿਆਂ ਨੂੰ ਸ਼ੂਗਰ ਅਸੀਂ ਉਹਨੂੰ ਕਵਰ ਕਰੀਏ, ਉਹਨਾਂ ਦਾ ਇਨਸੁਲਿਨ ਸਟੋਪ ਕਰੀਏ। ਤੁਸੀਂ ਦੇਖਿਆ ਹੋਣਾ ਬਾਹਰ ਪੇਸ਼ੈਂਟ ਸੀ, ਇੱਕ ਮੁੰਡਾ ਮੇਰੇ ਕੋਲ ਆਇਆ, ਹਾਲੇ 20 ਦਿਨ ਹੋਏ ਆ, ਠੀਕ ਹੈ, ਲੱਤ ਵੀ ਕੱਟਣੀ ਪੈ ਗਈ ਵਿਚਾਰੇ, ਮੈਨੂੰ ਉੱਥੇ ਦੁੱਖ ਹੋਇਆ। ਉਹ ਕਹਿੰਦਾ ਮੈਂ 4-4 ਦਿਨ ਟੀਕੇ ਲਾਉਂਦਾ ਸੀ, ਟੀਕੇ ਲੈਂਦਾ ਸੀ, ਠੀਕ ਹੈ ਨਾ। ਉਹ ਅੱਜ ਉਹ ਸਾਡਾ ਧੰਨਵਾਦ ਕਰਨ ਇੱਥੇ ਆਇਆ ਕਿ ਮੈਂ ਮਿਲ ਕੇ ਉਹਨਾਂ ਡਾਕਟਰ ਸਾਹਿਬ ਨੂੰ, ਤੇ ਉਹ 20-20 ਯੂਨਿਟ ਜਿਹੜੇ ਲੈ ਰਿਹਾ ਸੀ 3-4 ਟਾਈਮ, ਅੱਜ 10 ਯੂਨਿਟ ਲੈ ਰਿਹਾ। ਬਿਲਕੁਲ, ਮੇਰਾ ਆਵਾਮ ਨੂੰ ਸੁਨੇਹਾ ਇਹੀ ਆ, ਤੁਸੀਂ ਵੀ ਦਿਓ ਲੋਕਾਂ ਨੂੰ। ਨਹੀਂ ਬਿਲਕੁਲ, ਇੱਕ ਵਰਦਾਨ ਹੀ ਆ। ਉਹ ਬੰਦਾ ਕਹਿੰਦਾ ਕਿ ਮੇਰੀ ਤਾਂ ਦੂਜਾ ਪੈਰ ਵੀ ਖਰਾਬ ਹੋਣ ਦੇ ਨੰਬਰ ਤੇ, ਅਗਰ ਪੈਰ ਦਿਖਾਇਆ ਦੇਖਿਆ ਨਹੀਂ ਜਾਂਦਾ ਪਿਆ ਸੀਗਾ, ਤੇ ਜਦੋਂ 4-4 ਟੀਕੇ ਲਾਣੇ, ਘਰ ਪਰਿਵਾਰ ਵਿਚਾਰਾ ਕਿੱਥੋਂ ਚਲਾਊਗਾ ਚੀਜ਼ਾਂ, ਤੇ ਨੌਬਤ ਇਹ ਵੀ ਸੀ, ਦੂਜਾ ਵੀ ਸ਼ਾਇਦ ਕਹਿੰਦਾ ਕੱਟਿਆ ਜਾਊਗਾ ਜੋ ਹਾਲਾਤ ਬਣੇ ਹੋਏ ਆ। ਤੇ ਇਹ ਚੀਜ਼ ਨਾਲ ਕਿਤੇ ਨਾ ਕਿਤੇ ਬਹੁਤ ਉਹਨੂੰ ਇੱਕ ਕਹਿ ਸਕਦੇ ਵਰਦਾਨ ਹੀ ਕਹਿ ਲਈਏ ਇਹਦੇ ਵਾਸਤੇ, ਤਾਂ ਇਹ ਵਰਦਾਨ ਵਰਦਾਨ ਅਸਲ 'ਚ ਕੀ ਹੈਗਾ, ਅਸੀਂ ਉਹ ਚੀਜ਼ਾਂ ਨੂੰ ਨਹੀਂ ਜਾਣਦੇ। ਤੁਸੀਂ ਆਪਣੇ ਰੋਡ ਤੇ ਜਾਂਦੇ ਆ, ਨਹੀਂ ਪਤਾ ਜੜੀਆਂ ਬੂਟੀਆਂ ਦੇ ਵਿੱਚ ਕੀ ਹੈਗਾ, ਆਪਾਂ ਨੂੰ ਨੌਲੇਜ ਨਹੀਂ ਨਾ ਹੈਗੀ, ਨਾ ਅਸੀਂ ਨੌਲੇਜ ਬਾਹਲੇ ਲੋਕ ਲੈਣਾ ਚਾਹੁੰਦੇ ਆ। ਆਯੁਰਵੈਦਾ ਇਹ ਵਰਦਾਨ ਹੀ ਆ ਸਾਨੂੰ, ਉਹਦੇ ਵਿੱਚ ਜਿਹੜੀ ਜੜੀਆਂ ਬੂਟੀਆਂ ਆ ਉਹ ਮੈਂ ਨਹੀਂ ਬਣਾਈਆਂ ਹੈਗੀਆਂ, ਅਸੀਂ ਤਾਂ ਖੋਜ ਕੀਤੀ ਆ, ਇਹਨੂੰ ਇਹਦੇ ਵਿੱਚ ਐਕਸਟ੍ਰੈਕਟ ਬਣਾਇਆ, ਉਹ ਪਰਮੇਸ਼ਰ ਨੇ, ਪ੍ਰਮਾਤਮਾ ਨੇ ਸਾਰਾ ਕੁਝ ਦਿੱਤਾ ਇਹਦੇ ਵਿੱਚ, ਅਸੀਂ ਉਹਦੀ ਖੋਜ ਕਰਕੇ ਉਹੀ ਇਸਤੇਮਾਲ ਕੀਤਾ। ਇਹ ਪੁਰਾਣੀ ਵਿਧੀ ਹੈਗੀ ਆ, ਪਹਿਲਾਂ ਤੁਸੀਂ ਅੱਜ ਵੀ ਜਾਪਾਨ ਚਲ ਜਾਓ, ਕੋਰੀਆ ਚਲ ਜਾਓ, ਉਹ ਸਿਰਫ ਇਹ ਮਸਾਜ ਕਰਦੇ, ਹੱਥਾਂ ਦੇ ਹਲਕੇ ਜਿਹੇ ਪੁਆਇੰਟ ਪੁਸ਼ ਕਰਦੇ ਆ, ਹਲਕੇ ਜਿਹੇ ਨਾੜ ਨੂੰ ਖਿੱਚ ਲੈਂਦੇ ਆ, ਬੰਦੇ ਨੂੰ ਠੀਕ ਕਰ ਲੈਂਦੇ ਆ। ਅਸੀਂ ਦਵਾਈਆਂ ਲਿਖੀ ਜਾਂਦੇ, ਦਵਾਈਆਂ ਡਾਕਟਰ ਲਿਖੀ ਜਾਂਦੇ, ਲਿਖੀ ਜਾਂਦੇ ਆ, ਠੀਕ ਹੈ ਨਾ। ਉਹ ਥੱਬਾ ਗੋਲੀਆਂ ਦਾ ਖਾਂਦੇ ਆ ਅਸੀਂ, ਠੀਕ ਹੈ। ਸਾਡਾ ਮਕਸਦ ਕੀ ਹੈਗਾ ਕਿ ਉਹ ਜਿਹੜੇ ਥੱਬਾ ਥੱਬਾ ਗੋਲੀਆਂ ਦਾ ਜਾਂ ਇੰਜੈਕਸ਼ਨ ਲੈ ਰਹੇ ਆ, ਇਨਸੁਲਿਨ ਲੈ ਰਹੇ ਆ ਬਾਹਰੋਂ,
ਪੈਨਕ੍ਰੀਆਸ ਦੇ ਬੀਟਾ ਸੈਲ ਨੂੰ ਐਕਟੀਵੇਟ ਕਰ ਦਈਏ, ਪੈਨਕ੍ਰੀਆਸ ਹੀ ਇਨਸੂਲਿਨ ਨੂੰ ਨਾਲ ਜਿਹੜੀ ਸ਼ੂਗਰ ਦੀ ਗੋਲੀ ਹੈਗੀ ਜੋ ਬੱਚਾ ਜੇ 16 ਸਾਲ ਦੇ ਬੱਚੇ ਤੁਸੀਂ ਗੱਲ ਕੀਤੀ ਜੇ 16 ਸਾਲ ਦੀ ਉਮਰ ਤੋਂ ਲੈਣੀ ਸ਼ੁਰੂ ਕਰ ਦੂਗਾ, ਮੈਨੂੰ ਤਾਂ ਲੱਗਦਾ ਨਹੀਂ ਇਹਦਾ ਐਂਡ ਵੀ ਹੁੰਦਾ ਹੈਗਾ, ਤਾਂ ਖਾਣੀ ਪੈਂਦੀ ਸਾਰੀ ਉਮਰ ਵਾਸਤੇ ਦੇਖੇ ਲਿਆ ਤੇ ਮੈਨੂੰ ਲੱਗਦਾ ਸਰੀਰ ਖੋੜਦੀ ਹੋਣੀ ਫਿਰ ਅੰਦਰੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਠੀਕ ਨਾ। ਮੈਟਫੋਰਮਿਨ ਜਿਹੜਾ ਆ ਇਹ ਠੀਕ ਹੈ ਕਿ ਉਹ ਸ਼ੂਗਰ ਨੂੰ ਮਾੜਾ ਜਿਹਾ ਬੈਲੈਂਸ ਕਰਦੀ ਆ, ਗਲਾਈਮਪਰੈਡ ਕਰਦੀ ਆ, ਪਰ ਉਹ ਆਉਣ ਵਾਲੇ ਸਾਈਡ ਇਫੈਕਟ ਜਿਹੜੇ ਆ ਬਹੁਤ ਬੈਡ ਹੋਣ ਵਾਲੇ ਆ। ਇਹ ਮੈਂ ਇਸ ਚੀਜ਼ ਲਈ ਚਿੰਤਤ ਹੈਗਾ ਕਿ ਇਹਨਾਂ ਲੋਕਾਂ ਦੀ ਜਿਹੜੀ ਆ ਮੈਟਫੋਰਮਿਨ ਹੈਗੀ ਆ ਜਾਂ ਕੋਈ ਵੀ ਐਲੋਪੈਥੀ ਮੈਡੀਸਨ ਹੈਗੀ ਆ, ਮੈਂ ਉਹਦੇ ਵਿਰੁੱਧ ਨਹੀਂ ਹੈਗਾ, ਪਰ ਉਹ ਤੋਂ ਬਗੈਰ ਗੁਜ਼ਾਰਾ ਵੀ ਹੈ ਨੀਗਾ ਠੀਕ ਹੈ ਨਾ। ਇਹ ਤਾਂ ਚਲੋ 3-4 ਸਾਲ ਦੀ ਸਾਡੀ ਖੋਜ ਹੈਗੀ ਆ, ਅੱਜ ਅਸੀਂ ਲੈ ਕੇ ਆਏ ਆ ਮਾਰਕੀਟ ਦੇ ਵਿੱਚ, ਰਿਜ਼ਲਟ ਬਹੁਤ ਵਧੀਆ ਆ ਰਹੇ ਆ, ਬਹੁਤ ਡਿਮਾਂਡ ਆ, ਲੋਕੀ ਦੂਰੋਂ ਦੂਰੋਂ ਆ ਕੇ ਸਾਡੇ ਕੋਲ ਦੇਖਦੇ ਆ। ਬਿਲਕੁਲ, ਜਿਹੜੇ ਕਹਿੰਦੇ ਸਾਡੀ 500 ਸ਼ੂਗਰ ਪਹੁੰਚ ਜਾਂਦੀ ਸੀਗੀ, ਸਾਡੀ ਦੋ ਦੋ ਗੋਲੀਆਂ ਵੀ ਕਈ ਕਹਿੰਦੇ ਸੀ ਮੈਂ ਖਾ ਲੈਣਾ ਪਰ ਤਾਂ ਵੀ ਨਹੀਂ ਘੱਟਦੀ ਸੀਗੀ, ਕਹਿੰਦੇ ਮੈਂ ਇੱਥੇ ਆਇਆ ਤਾਂ ਪਹਿਲੀ ਵਾਰ 80-90 ਪੁਆਇੰਟ ਘੱਟ ਗਈ ਮੇਰੀ। ਹਾਂਜੀ, ਇਸੇ ਤਰ੍ਹਾਂ ਦੋ ਬੱਚੇ ਹੋਰ ਵੀ ਮੈਨੂੰ ਮਿਲੇ ਸੀਗੇ, ਉਹ ਵੀ 7-8-9 ਸਾਲ ਦੇ ਸੀਗੇ, ਘਰ ਦੇ ਬੱਚੇ ਸੀ, ਨਾਪੀ 3 ਵਾਰੀ ਬਦਲਣੀ ਪੈਂਦੀ ਸੀ, ਯੂਰਨ ਦੀ ਪ੍ਰੋਬਲਮ ਆ ਗਈ, 600 ਤੋਂ ਉੱਪਰ ਮਸ਼ੀਨ ਦੱਸਦੀ ਨਹੀਂ ਸੀਗੀ, ਉਹ ਅੱਜ ਉਹ 150-180 ਤੇ ਆ ਗਏ ਆ ਸਿਰਫ 2 ਮਹੀਨਿਆਂ ਦੇ ਵਿੱਚ। ਬਹੁਤ ਵਧੀਆ ਚੀਜ਼ ਹੈਗੀ ਆ, ਮਤਲਬ ਸਿਰਫ ਹੱਥਾਂ ਤੇ ਮਸਾਜ, ਪੈਰਾਂ ਤੇ ਮਸਾਜ। ਜੇ ਬੰਦੇ ਨੂੰ ਟਾਈਮ ਰਹਿੰਦੇ ਪਤਾ ਲੱਗ ਜਾਏ ਕਿ ਮੈਨੂੰ ਸ਼ੂਗਰ ਹੋਣੀ ਸ਼ੁਰੂ ਹੋਈ ਹੈ, ਕੀ ਇਹਦਾ ਬਾਅਦ ਚੋਂ ਜੜ ਤੋਂ ਵੀ ਇਹਨੂੰ ਖੜਿਆ ਜਾ ਸਕਦਾ ਸ਼ੂਗਰ ਨੂੰ, ਜੇ ਬੰਦਾ ਅਗਰ ਚਾਹੇ ਤਾਂ? ਹਾਂ, ਇਹ ਵੀ ਸਵਾਲ ਤੁਹਾਡਾ ਬਹੁਤ ਵਧੀਆ ਹੈ, ਜਿੱਦਾਂ ਕਿ ਤੁਸੀਂ ਜੜ ਤੋਂ ਅਖਾੜਿਆ ਜਾਵੇ, ਜਿਹੜੀ ਸ਼ੂਗਰ ਆ ਜਿਹੜਾ ਪੈਮਾਨਾ ਆ ਉਹ ਪੈਮਾਨਾ ਉਹ ਹੈਗਾ ਕਿ ਸਾਡੀ ਬੋਡੀ ਦੇ ਵਿੱਚ ਮਤਲਬ ਕਿ 90 ਸ਼ੂਗਰ ਰਹਿਣੀ ਚਾਹੀਦੀ ਆ। ਅੱਛਾ, ਜੇ ਡਾਊਨ ਚਲ ਜਾਂਦੀ ਆ ਤੁਸੀਂ ਡੈਡ, ਓਕੇ, ਬੇਹੋਸ਼ ਹੋ ਜਾਣਾ। ਇਨਸੂਲਿਨ ਦੇ ਪੇਸ਼ੈਂਟ ਜਦੋਂ ਫਿਰ ਥੱਲੇ ਜਾਂਦੀ ਆ 90 ਤੋਂ 90 ਤੋਂ, ਤਾਂ ਉਹਨਾਂ ਨੂੰ ਤਦੇ ਫਿਰ ਚੋਕਲੇਟ ਜਾਂ ਫਿਰ ਜੂਸ ਪੀਣਾ ਪੈਂਦਾ ਠੀਕ ਹੈ। 90 ਆਪਾਂ ਨੂੰ ਚਾਹੀਦੀ ਆ, ਵੱਧ ਤੋਂ ਵੱਧ 130 ਹੋ ਜਾਵੇ, 150 ਆ ਜਾਵੇ, ਇਹ ਨੋਰਮਲ ਮੰਨਦੇ ਆਪਾਂ 150 ਤੱਕ ਨੋਰਮਲ ਮੰਨਦੇ, 130 ਜਿਹੜੀ ਸਰਕਾਰ ਨੇ ਜਾਂ ਮੈਡੀਕਲ ਜਿਹੜੇ ਹੈਗੇ ਡਿਪਾਰਟਮੈਂਟ ਉਹਨਾਂ ਨੇ 130-90 ਦਾ ਪੈਮਾਨਾ ਰੱਖਿਆ ਹੈ, ਜਿਨ੍ਹਾਂ ਦੀ 30 ਸ਼ੂਗਰ ਸੀਗੀ, 30 ਰਹਿ ਜਾਂਦੀ ਸੀ, ਇੱਕ ਇੱਕ ਦਿਨ ਦਾ 16-16 ਹਜ਼ਾਰ ਰੁਪਇਆ ਹੌਸਪੀਟਲ ਲਾਉਂਦੇ ਸੀ ਸ਼ੂਗਰ ਨੂੰ ਅਪ ਕਰਨ ਦੇ ਲਈ ਠੀਕ ਹੈ। ਉਹ ਜਿਹੜੇ ਬੰਦੇ ਹੈਗੇ ਅੱਜ ਉਹਨਾਂ ਦੀ ਸ਼ੂਗਰ, ਬਾਹਰ ਵੀ ਲੇਡੀਜ਼ ਬੈਠੀਆਂ ਆ, ਉਹਨਾਂ ਦੀ ਸ਼ੂਗਰ ਇੱਕ ਵਾਰੀ 80 ਹੈ ਗਈ, ਇੱਥੇ ਮੇਰੇ ਕੋਲ ਮੈਂ ਥੈਰੇਪੀ ਅੱਧਾ ਘੰਟਾ ਕਰਾਈ, ਉਹਨਾਂ ਦੀ 90 ਹੋ ਗਈ, ਬੈਲੈਂਸ ਆ ਗਈ। ਮਤਲਬ ਇੱਕ ਇਹੋ ਜਿਹੀ ਚੀਜ਼ ਹੈ, ਸਪੈਸ਼ਲ ਟੈਕਨੀਕ ਵੀ ਹੁੰਦੀ ਕਿ ਨਾਰਮਲੀ ਕਿਸੇ ਨੂੰ ਸਮਝਾ ਦਿੰਦੇ ਇੱਕ ਅੱਧੀ ਵਾਰ ਚੱਲ ਲੈਣ ਸਮਝ ਆ ਜਾਂਦਾ ਹੈਗਾ? ਤਕਰੀਬਨ ਸਾਰੇ ਟੈਸਟ ਕਰਾਉਂਦੇ ਜਦੋਂ ਮੈਡੀਕਲ ਜਾਂਦੇ ਆ, ਫਾਰਮਾਸਿਟੀਕਲ ਤੇ ਤਾਂ ਉਹ ਲੈਬ ਤੇ ਜਾਂਦੇ ਆ, ਤਾਂ ਉਹ ਉਹਨਾਂ ਨੇ ਪੈਮਾਨਾ ਲਿਖਿਆ ਉੱਤੇ ਕਿ ਇੰਨੇ ਤੋਂ ਇੰਨੀ ਹੋਣੀ ਚਾਹੀਦੀ ਆ, ਤੇ ਉਹ ਉਹਨਾਂ ਨੂੰ ਯਾਦ ਆ, ਸਾਰਿਆਂ ਨੂੰ ਪਤਾ ਜਿਹੜੇ ਸ਼ੂਗਰ ਦੇ ਪੇਸ਼ੈਂਟ ਆ ਠੀਕ ਆ, ਇਸੇ ਕਰਕੇ ਉਹ ਸੈਫੀਸ਼ੀਐਂਟ ਹੋ ਜਾਂਦੇ ਆ ਕਿ ਮੇਰੀ ਸ਼ੂਗਰ ਅਪ ਹੋ ਗਈ। ਨਹੀਂ, ਮੈਂ ਪ੍ਰੋਸੈਸ ਦੀ ਗੱਲ ਕਰਦਾ ਸੀ, ਜਦੋਂ ਤੁਸੀਂ ਕਿਸੇ ਨੂੰ ਸਮਝਾਉਣਾ ਕਿ ਇਸ ਤਰ੍ਹਾਂ ਤੁਸੀਂ ਯੂਜ਼ ਕਰਨਾ ਹੈ ਪ੍ਰੋਡਕਟ, ਤਾਂ ਯੂਜ਼ ਕਰਨਾ ਵੀ ਆਉਣਾ ਚਾਹੀਦਾ ਨਾ, ਕਿਉਂਕਿ ਕਈ ਵਾਰੀ ਪ੍ਰੋਡਕਟ ਤਾਂ ਹੁੰਦਾ ਬੰਦਾ ਉਹਨੂੰ ਵਰਤ ਹੀ ਨਹੀਂ ਪਾਉਂਦਾ ਹੈਗਾ, ਤੇ ਉਹ ਈਜ਼ੀ ਯੂਜ਼ ਹੈਗਾ ਤੁਹਾਡੇ ਸਾਹਮਣੇ ਇਹ ਚੀਜ਼ ਸਮਝਾਉਣਾ? ਬਹੁਤ ਹੀ ਸੌਖਾ ਹੈ, ਸਾਡੀ ਪੂਰੀ ਟੀਮ ਹੈਗੀ ਆ, ਪੂਰੀ ਉਹਨਾਂ ਨੂੰ ਗਾਈਡ ਕਰਦੀਆਂ ਲੜਕੀਆਂ ਹੈਗੇ ਸਾਡੇ ਕੋਲ, ਸਾਡੀਆਂ ਇਹ 2-4 ਚੀਜ਼ਾਂ ਹੋਗੀਆਂ ਵੀ ਹੱਥਾਂ ਦੇ ਉੱਤੇ ਆਇਲ ਜਾਂ ਕੋਈ ਲੋਸ਼ਨ ਨਹੀਂ ਲਗਾਉਣਾ ਚਾਹੀਦਾ, ਬੋਡੀ ਲੋਸ਼ਨ। ਦੂਸਰਾ, ਜਿਹੜੇ ਡੈਡ ਸਕਿਨ ਹੁੰਦੀ ਸਾਡੇ ਪੈਰਾਂ ਦੇ ਵਿੱਚ, ਹੱਥ ਤਾਂ ਤਕਰੀਬਨ ਸਾਡੇ ਸਾਫ਼ ਹੀ ਹੈ, ਤੁਹਾਡੇ ਵੀ ਹੈ, ਜਿਹੜੇ ਸਾਡੇ ਪੈਰ ਹੈਗੇ ਉਹਦੀ ਡੈਡ ਸਕਿਨ ਹੁੰਦੀ ਹੈ ਠੀਕ ਹੈ, ਉਹਨੂੰ ਉਹ ਜਿਹੜਾ ਝਾਵਾਂ ਜਿਹਾ ਕਹਿ ਲਓ ਜਾਂ ਕੋਈ ਕਿਸੇ ਵੀ ਉਹ, ਅੱਜ ਕੱਲ੍ਹ ਕਾਫ਼ੀ ਡਿਵਾਈਸ ਆ ਗਏ ਆ, ਉਹ ਚੰਗੀ ਤਰ੍ਹਾਂ ਸਾਫ਼ ਹੋਣਾ ਚਾਹੀਦਾ ਸਾਬਣ ਦੇ ਨਾਲ, ਉਹ ਡਰਾਈ ਹੋਣਾ ਚਾਹੀਦਾ ਜਦੋਂ ਤੁਸੀਂ ਇਹ ਜਿਹੜਾ
ਫਾਰਮੂਲਾ ਸਾਡਾ ਯੂਜ਼ ਕਰੋਗੇ। ਸਿੰਪਲ ਜਿਹਾ ਹੈਗਾ, ਆਪਣੇ ਖੱਬਾ ਪੱਟ ਖੱਬੇ ਪੱਟ ਤੇ ਸੱਜਾ ਪੈਰ ਰੱਖ ਲੈਣਾ, ਆਪਣੇ ਹੱਥ ਤੇ ਬੂੰਦਾ ਪਾ ਕੇ। ਇੰਨਾ ਸੌਖਾ ਜਿਹਾ ਤਰੀਕਾ ਆ, ਤੁਸੀਂ ਮਸਾਜ ਕਰਨੀ ਹੈ। ਤੇ ਕਿਸ ਤਰ੍ਹਾਂ ਪਹੁੰਚ ਕਿਸ ਤਰ੍ਹਾਂ ਕਰਦੇ ਫਿਰ ਲੋਕ ਤੁਹਾਡੇ ਤੱਕ? ਕਿਉਂਕਿ ਇੱਕ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਵੈ, ਤੇ ਜੋ ਤੁਹਾਨੂੰ ਮਿਲਣਾ ਹੋਵੇ ਤੇ ਕਿਸ ਤਰ੍ਹਾਂ ਬੰਦਾ ਪਹੁੰਚ ਕਰ ਪਾਵੇ ਤੁਹਾਡੇ ਤੱਕ? ਹਾਂ, ਸਾਡਾ ਸੈਂਟਰ ਇਹ ਫਲੋਰ ਦੇ ਵਿੱਚ ਹੈਗਾ ਜੀ। ਲੋਕ ਕਾਫੀ ਪਿੰਡਾਂ ਦੇ ਸਰਪੰਚ ਸਾਨੂੰ ਜਾਣਦੇ ਆ, ਜਾਂ ਜਿਹੜੇ ਲੋਕ ਸਾਡੇ ਕੋਲ ਆਏ ਉਹ ਥੈਰੇਪੀ ਕਰਾ ਕੇ ਲੈ ਕੇ ਗਏ। ਸਪੈਸ਼ਲ ਸਾਨੂੰ ਚੈੱਕ ਕਰਨ ਆਉਂਦੇ ਆ ਕਿ ਹੈਟ ਵਾਲਾ ਬੈਰ ਜਿਹੜਾ ਝੂਠ ਬੋਲਦਾ, ਮੀਡੀਆ ਝੂਠ ਬੋਲਦੀ ਆ। ਜਦੋਂ ਇੱਥੇ ਆਉਂਦੇ ਆ ਸਾਡਾ ਵਾਰਨਗੇ ਆ ਉਹਨਾਂ ਨੂੰ, ਅਸੀਂ ਸਾਡੇ ਚੈਲੰਜ ਹੈ ਵੀ ਸਾਡੇ ਕੋਲ ਆਓ, ਆਪਣੀ ਥੈਰੇਪੀ ਕਰਾਓ, ਅੱਧਾ ਘੰਟਾ ਸਾਡੇ ਕੋਲ ਰਹੋ। ਠੀਕ ਹੈ, ਜਦ ਜੇ ਤੁਹਾਨੂੰ ਲੱਗਦਾ ਵੀ 100 ਘੱਟ ਗਈ, ਕਿਸੇ ਦੀ 50 ਘੱਟ ਗਈ, ਕਿਸੇ ਦੀ 25 ਘੱਟ ਗਈ, ਤੁਸੀਂ ਲੈ ਜਾਓ, ਨਹੀਂ ਤਾਂ ਰਹਿਣ ਦਿਓ। ਫਰਕ ਪੈਂਦਾ ਪ੍ਰਭਾਵ, ਤੇ ਉਸ ਤੋਂ ਬਾਅਦ ਜਦੋਂ ਕਹਿੰਦੇ ਕਰਾਇਆ ਤੇ ਜਦੋਂ ਪਰਸਨ ਡੇ ਥੱਲੇ ਆਉਂਦੀ ਤੇ ਉਦੋਂ ਕਹਿੰਦੇ ਨਹੀਂ ਸੈਟੀਸਫੈਕਸ਼ਨ ਹੈ, ਤੇ ਹੁਣ ਅਸੀਂ ਕਹਿੰਦੇ ਆਪਣੇ ਯਾਰ ਮਿੱਤਰ ਨੂੰ ਵੀ ਦੱਸਾਂਗੇ ਕਿ ਏਦਾਂ ਹੀ ਲੋਕ ਸਾਡੇ ਕੋਲ ਆ ਰਹੇ ਆ, ਦੂਰੋਂ ਦੂਰੋਂ ਬੰਦੇ ਆ ਰਹੇ, ਦਿੱਲੀ ਵਗੈਰਾ ਬਾਹਰ ਹੋਰ ਕਿੱਥੋਂ ਆਣਾ? ਕਿਸ ਤਰ੍ਹਾਂ ਵੈਬਸਾਈਟ ਵਗੈਰਾ ਤੁਹਾਡੀ ਕਿਸ ਤਰ੍ਹਾਂ ਪਹੁੰਚ ਕੀਤਾ ਜਾ ਸਕਦਾ ਤੁਹਾਡੇ ਨਾਲ? ਆਹੀ ਜਿਹੜੀ ਤੁਹਾਡੀ ਵੀਡੀਓ ਤੁਸੀਂ ਆਹ ਬਣਾ ਰਹੇ ਆ ਸਾਡੇ ਸੈਂਟਰ ਤੇ ਤੁਸੀਂ ਆ, ਧੰਨਵਾਦ ਤੁਹਾਡਾ। ਇਹ ਲੋਕਾਂ ਚ ਵਾਇਰਲ ਹੋਏਗੀ, ਉਹ ਸਾਨੂੰ ਕਾਲ ਆਉਂਦੀ ਆ। ਹੁਣ ਵੀ ਮੈਨੂੰ ਸਹਿਗਲ ਸਾਹਿਬ ਹੈਗੇ ਕੋ ਬੰਬੇ ਤੋਂ, ਹੁਣੇ ਫੋਨ ਆ ਕੇ ਹਟਿਆ, ਕੋਈ ਕਹਿੰਦਾ ਵੀ ਮੈਂ ਬੁਕਸ ਪੂਰਾ ਮੰਗਵਾਉਣਾ, ਮੇਰਾ ਮਹੱਲੇ ਹੀ ਸ਼ੂਗਰ ਦਾ ਪੇਸ਼ੈਂਟ ਆ। ਮੈਂ ਕਿਹਾ ਕੋਈ ਗੱਲ ਨੀ, ਮੈਂ ਅੱਜ ਥੋੜੇ ਬਿਜ਼ੀ ਆ, ਬਾਅਦ ਚ ਗੱਲ ਕਰਦਾ। ਕੈਨੇਡਾ ਤੋਂ ਕੱਲ ਮੈਨੂੰ ਫੋਨ ਆਇਆ। ਅੱਛਾ, ਵਿਦੇਸ਼ਾਂ ਤੋਂ ਵੀ ਆਣੇ ਸ਼ੁਰੂ ਹੋ ਗਏ? ਕੈਨੇਡਾ ਤੋਂ। ਅੱਛਾ, ਮੈਂ ਕੈਨੇਡਾ ਰਹਿ ਕੇ ਆਇਆ ਹੁਣ, ਅੱਛਾ 2-2.5 ਮਹੀਨੇ। ਤੋਂ ਉੱਥੇ ਹੁਣ ਪੇਸ਼ੈਂਟ ਮੈਨੂੰ ਫੋਨ ਕਰਦੇ ਆ ਕਿ ਤੁਸੀਂ 4-6 ਮਹੀਨੇ ਇਕੱਠੇ ਭੇਜ ਦਿਓ ਸਾਡੇ ਕੋਲ। ਠੀਕ ਹੈ, ਅਮਰੀਕਾ ਤੋਂ ਆਉਂਦੇ ਫੋਨ, ਮੈਲਬੋਰਨ ਤੋਂ ਲੈ ਕੇ ਗਏ, ਇਟਲੀ, ਗ੍ਰੀਸ ਵਿੱਚ ਅਸੀਂ ਭੇਜ ਨਹੀਂ ਸਕਦੇ, ਥੋੜੀ ਪ੍ਰੋਬਲਮ ਹੈ, ਉਹ ਅਸੀਂ ਹੱਲ ਹੋ ਗਏ ਤਾਂ ਸਾਡਾ ਉੱਥੇ ਮੇਰੇ ਖਿਆਲ ਵੀ ਇੱਕ ਦਿਨ ਦੇ 1000-1000 ਪੀਸ ਭੇਜ ਸਕਦੇ ਆ। ਇਟਲੀ 'ਚ ਸਭ ਤੋਂ ਜ਼ਿਆਦਾ ਸ਼ੁਗਰ ਆ, ਕੁਵੈਤ ਵਿੱਚ ਸਭ ਤੋਂ ਜ਼ਿਆਦਾ ਸ਼ੁਗਰ ਆ। ਅੱਜ ਮੇਰੀ ਅਮੋਲਕ ਸਿੰਘ ਹੈਗੇ ਆ ਕੋਈ ਮੋਹਾਲੀ ਤੋਂ, ਉਹਦਾ ਬੇਟਾ ਦੁਬਈ ਤੋਂ ਆਇਆ, ਉਹ ਕਹਿੰਦਾ ਸਰ ਮੈਂ ਤਰ੍ਹਾਂ ਸਾਡੇ ਆ ਜਾਓ, ਦਰਸ਼ਨ ਦੇ ਦਿਓ, ਆਪਾਂ ਦੁਬਈ ਤੋਂ ਇਹਨੂੰ ਪੂਰੇ ਵਰਲਡ 'ਚ ਲਾਂਚ ਕਰਨਾ। ਮੇਰੀ ਅੱਜ ਗੱਲ ਹੋਈ ਉਹਨਾਂ, ਠੀਕ ਹੈ, ਵੈਦ ਹੈਗੇ ਆ, ਤੇ ਮੇਰਾ ਬੇਟਾ ਆਇਆ ਵੀ ਸਾਡਾ ਟਿਊਨਿੰਗ ਬਣਾਓ, ਆਪਾਂ ਇਹਨੂੰ ਕਿੱਦਾਂ ਕਰ ਸਕਦੇ ਆ। ਮਤਲਬ ਪੂਰੇ ਵਰਲਡ ਦੇ ਵਿੱਚ ਤਾਂ ਸ਼ੁਗਰ ਹੈਗੀਆਂ, ਹਿੰਦੁਸਤਾਨ ਸਾਡਾ ਜਿਹੜਾ 11ਵੇਂ ਬੰਦੇ ਨੂੰ ਸ਼ੁਗਰ ਹੋ ਚੁੱਕੀ ਹੈ, 11% ਲੋਕਾਂ ਨੂੰ ਸ਼ੁਗਰ ਹੈਗੀ ਹੈ। ਜੇ ਕੋਰੋਨਾ ਕਾਲ ਵਾਂਗੂ ਜਿੱਦਾਂ ਕੋਰੋਨਾ ਚੈੱਕ ਕੀਤਾ ਜਾਂਦਾ ਸੀ, ਇਹਦੇ 3 ਮਹੀਨੇ ਸਾਡੀ ਸਰਕਾਰ ਕਹੇ ਸ਼ੁਗਰ ਸਾਰਿਆਂ ਚੈੱਕ ਕਰਾਓ, ਤਾਂ 3 ਗੁਣਾ ਸ਼ੁਗਰ ਦੇ ਪੇਸ਼ੈਂਟ ਨਿਕਲਣੇ। ਬਿਮਾਰੀ ਹੋ ਚੁੱਕੀ ਜੋ ਬਹੁਤ ਹੀ ਕਾਮਨ ਹੋ ਚੁੱਕੀ ਹੋਈ ਹੈ, ਤੇ ਹਰ ਇੱਕ ਦੇਸ਼ 'ਚ ਹਰ ਇੱਕ ਥਾਂ ਤੇ ਬਹੁਤ ਹੀ ਆਮ ਦੇਖਣ ਨੂੰ ਮਿਲਦੀ ਹੈ, ਤੇ ਇਲਾਜ ਇੱਕ ਤਾਂ ਮਹਿੰਗੇ ਬਹੁਤ ਹੈਗੇ, ਦੂਜਾ ਇਹ ਪਰਮਾਨੈਂਟ ਟ੍ਰੀਟਮੈਂਟ ਕੋਈ ਨਹੀਂ ਹੈਗਾ, ਗੋਲੀਆਂ ਖਾਣੀ ਪੈਂਦੀ ਹੈ, ਰੂਟੀਨ ਦੀ ਆਦਤ ਹੋ ਜਾਂਦੀ ਹੈ। ਪਰ ਹੁਣ ਇੱਕ ਸੌਖਾ ਤਰੀਕਾ ਲੈ ਕੇ ਆਇਆ ਵੈਦ ਸਾਹਿਬ, ਤੇ ਇੱਕ ਮਿਹਨਤ ਸੀਗੀ, ਕਹਿੰਦੇ ਚੀਜ਼ਾਂ ਉਹੀ ਹੈ ਕਿ ਜੋ ਸਾਡੇ ਆਸ ਪਾਸ ਹੁੰਦੀ, ਪਰ ਗੱਲ ਤਾਂ ਉਹੀ ਹੈ ਕਿ ਜਿਹਨੂੰ ਬੰਦੇ ਨੂੰ ਨੌਲੇਜ ਹੈਗੀ ਹੈ ਤੇ ਉਹੀ ਉਸ ਚੀਜ਼ ਦਾ ਇਸਤੇਮਾਲ ਕਰ ਸਕਦਾ, ਤੇ ਇੱਕ ਚੰਗੀ ਚੀਜ਼ ਜਿਹੜੀ ਕਿ ਤਿਆਰ ਕੀਤੀ, ਜਿੰਨਾ ਰਿਜ਼ਲਟ ਬਹੁਤ ਚੰਗੇ ਆ ਰਹੇ, ਜਿਹਨਾਂ ਦੀ 500 ਸ਼ੂਗਰ ਪਹੁੰਚ ਜਾਂਦੀ, ਉਹਨਾਂ ਨੂੰ ਜਿਹੜਾ ਕੀ ਹੈ ਇੱਕ ਇਮੀਡੀਏਟਲੀ ਜਿਹੜੇ ਰਿਜ਼ਲਟ ਦੇਖਣ ਨੂੰ ਮਿਲੇ, ਕਿਉਂਕਿ ਇਮੀਡੀਏਟਲੀ ਜਿਹੜੇ ਰਿਜ਼ਲਟ ਹੁੰਦੇ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਪਏ। ਜੇਕਰ ਕੋਈ ਇਹ ਵੀਡੀਓ ਦੇਖ ਰਿਹਾ ਹੈ ਜਿਹਨੇ ਇੱਥੇ ਪਹੁੰਚਣਾ ਹੈਗਾ, ਤੇ ਉਹ ਫਲੋਰ ਇੱਥੇ ਆ ਸਕਦਾ ਵੈ, ਫੋਨ ਨੰਬਰ ਤੇ ਵੀ ਇਹਨਾਂ ਨੂੰ ਕੰਟੈਕਟ ਕਰ ਸਕਦਾ ਹੈ, ਇਹ ਪਾਰਸਲ ਵੀ ਕਰ ਸਕਦੇ। ਜੇ ਇੱਥੇ ਆਣਗੇ ਤੇ ਇਹ ਪ੍ਰੋਪਰ ਇਹਨਾਂ ਸਿਖਾਉਣਗੇ ਵੀ ਕਿ ਆਖਿਰ ਕਿਸ ਤਰ੍ਹਾਂ ਕਰਨਾ, ਕਿਉਂਕਿ ਪ੍ਰੋਸੈਸ ਬਹੁਤ ਸੌਖਾ, ਕਿਉਂਕਿ ਪ੍ਰੋਡਕਟ ਤਾਂ ਹੈਗਾ ਹੀ ਬੜਾ ਚੰਗਾ, ਤੇ ਨਾਲ ਪ੍ਰੋਸੈਸ ਬੜਾ ਸੌਖਾ ਹੈ, ਤੇ ਤੁਸੀਂ 5-10 ਮਿੰਟ ਸਿੱਖ ਵੀ ਜਾਓਗੇ ਕਿ ਕਿੱਦਾਂ ਮਸਾਜ ਕਰਨੀ ਹੈ, ਤੇ 1/2 ਘੰਟੇ ਬਾਅਦ ਹੀ ਰਿਜ਼ਲਟ ਜਿਹੜੇ ਕੀ ਹੈ ਦਿਖਣੇ ਤੁਹਾਨੂੰ ਸ਼ੁਰੂ ਹੋ ਜੂਗੇ। ਬਿਲਕੁਲ ਲਗਾਤਾਰ ਗੱਲ ਕਰਦੇ ਪਏ, ਸਾਡੇ ਨਾਲ ਬਾਪੂ ਜੀ ਮੌਜੂਦ ਹੈ। ਬਾਪੂ ਜੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਕਿੰਨਾ ਚਿਰ ਹੋ ਗਿਆ ਫਿਰ ਸ਼ੂਗਰ ਨੂੰ, ਤੁਹਾਨੂੰ ਕਿੰਨੇ ਟਾਈਮ ਦੀ ਸ਼ੂਗਰ ਹੋਈ ਪਈ? ਮੈਨੂੰ ਜੀ 17 ਸਾਲ ਹੋ ਗਏ ਸ਼ੂਗਰ।
ਸ਼ੂਗਰ ਦੇ ਮੀਟਰ ਤਾਂ ਹੀ ਰਹਿੰਦਾ ਜੀ 400, 450, 500 ਪਰਸੋਂ ਮੈਂ ਆਇਆ ਸੀ ਇੱਥੇ, ਪਰਸੋਂ ਚੈੱਕ ਕੀਤੀ ਇਹਨਾਂ 570 ਆਈ ਸੀ ਤੇ ਫਿਰ ਇਹਨਾਂ ਦੀ ਦਵਾਈ ਦੇ ਨਾਲ ਇਸ ਦਵਾਈ ਦੇ ਨਾਲ ਥੈਰੇਪੀ ਕੀਤੀ ਆ ਤੇ 80 ਪੁਆਇੰਟ ਟੁੱਟ ਗਈ ਆ। ਅੱਜ ਮੈਂ ਫਿਰ ਆਇਆ ਥੈਰੇਪੀ ਲੈਣੀ ਤੇ ਅੱਜ ਮੇਰੀ ਥੈਰੇਪੀ ਕੀਤੀ ਫਿਰ 80-90 ਪੁਆਇੰਟ ਜਿਹੜੀ ਡਾਊਨ ਹੋ ਗਈ ਆ। ਹੁਣ ਮੈਂ ਆਹ ਜਿਹੜਾ ਪ੍ਰੋਡਕਟ ਬਣਾਇਆ ਇਹਨਾਂ ਨੇ ਮੈਂ ਲੈ ਕੇ ਜਾ ਰਿਹਾ, ਇਹ ਖਤਮ ਹੋਊਗਾ ਤੇ ਮੈਂ ਫਿਰ ਇਹਨਾਂ ਕੋਲ ਆਊਂਗਾ ਲੈਣ ਵਾਸਤੇ। ਬਾਪੂ ਜਦੋਂ ਗੋਲੀ ਖਾਂਦੇ ਸੀ ਉਦੋਂ ਵੀ ਫਰਕ ਪੈਂਦਾ ਸੀਗਾ ਤੁਹਾਨੂੰ, ਮਤਲਬ ਇਦਾਂ ਇੱਕਦਮ ਘੱਟ ਹੁੰਦੀ ਸੀ? ਕੋਈ ਫਰਕ ਪੈਂਦਾ ਹੀ ਨਹੀਂ ਜੀ, ਦਵਾਈ ਦੇ ਅਸਰ ਹੀ ਕਰਨ ਵਾਲੇ। ਫੋਨ ਕੀਤਾ ਫਿਰ ਮੈਂ ਥੈਰੇਪੀ ਲੈਣ ਆਇਆ, ਹਿਸਾਬ ਲਾ ਲੋ 100 ਕਿਲੋਮੀਟਰ ਹੀ ਬਣ ਜਾਂਦਾ। ਫੇਸਬੁੱਕ ਤੇ ਬੰਦਾ ਕਿਵੇਂ ਕਹਿੰਦਾ ਯਾਰ ਕਿਤੇ ਜਾਲੀ ਨਾ ਹੋਵੇ, ਜਦੋਂ ਕਿਤੇ ਪਹੁੰਚੇ ਵੀ ਕਿੱਦਾਂ ਰਿਹਾ ਸਾਰਾ? ਫੇਰ ਜਦੋਂ ਮੈਂ ਇੱਥੇ ਆਇਆ ਵਾ ਮੈਂ ਇਹ ਕਹਿੰਦੇ ਵੀ ਤੁਸੀਂ ਥੈਰੇਪੀ ਕਰੋ ਜੇ ਤੁਹਾਡੀ ਘਟਦੀ ਆ ਤੇ ਤੁਸੀਂ ਲੈ ਕੇ ਜਾ ਸਕਦੇ ਜੇ, ਜਾਂ 1-2 ਵਾਰਾਂ 4 ਵਾਰਾਂ ਜਿੰਨੇ ਵਾਰਾਂ ਵੀ ਆਓ ਤੁਹਾਡੀ ਥੈਰੇਪੀ ਫ੍ਰੀ ਆ, ਕੋਈ ਪੈਸਾ ਨੀ। ਫੇਰ ਮੈਂ ਆਇਆ ਅੱਜ ਫਿਰ ਮੇਰੀ ਚੈੱਕ ਕੀਤੀ ਆ ਤੇ ਘੱਟ ਆ, ਹੋਰ ਘੱਟ ਗਈ, ਹੁਣ ਹੋਰ ਘੱਟ ਗਈ ਆ। ਇਹਦੇ ਨਾਲ ਇਹ ਪ੍ਰੋਡਕਟ ਨਾਲ ਮੈਨੂੰ ਫਾਇਦਾ ਵਾ ਜੀ। ਬਿਲਕੁਲ, ਆ ਪ੍ਰੋਡਕਟ ਦੇਖ ਸਕਦੇ ਹੋ ਕਿ ਸਿਰਫ ਮਾਲਿਸ਼ ਕਰਨ ਦੇ ਨਾਲ ਹੀ ਫਾਇਦਾ ਹੁੰਦਾ ਪਿਆ। 2-2 ਗੋਲੀਆਂ ਖਾਣ ਦੀ ਨੌਬਤ ਆ ਗਈ ਸੀਗੀ ਤੇ ਉਸ ਤੋਂ ਬਾਅਦ ਵੀ 500 ਤੋਂ ਪਾਰ ਰਹਿ ਰਹੀ ਸੀ ਸ਼ੂਗਰ ਤੇ ਕਹਿੰਦੇ ਪਹਿਲੀ ਵਾਰੀ ਮੈਂ ਫੇਸਬੁੱਕ ਤੇ ਦੇਖੀ, ਬੰਦੇ ਨੇ ਘਬਰਾਹਟ ਵੀ ਹੁੰਦੀ ਪਰ ਇੱਥੇ ਪਹੁੰਚੇ ਹੈ ਤੇ ਇੱਕ ਚੰਗਾ ਇੱਕ ਇਨਵਾਇਰਮੈਂਟ ਸੀਗਾ। ਪਹਿਲਾਂ ਤਾਂ ਭਰੋਸਾ ਬੰਦੇ ਨੇ ਜਿੱਤਣਾ ਬੜਾ ਔਖਾ ਹੁੰਦਾ ਵਾ, ਭਰੋਸਾ ਜਿੱਤਿਆ ਵਾ। ਉਸ ਤੋਂ ਬਾਅਦ ਜਦੋਂ ਮਾਲਿਸ਼ ਕਰਾਈ ਤੇ 80-90 ਪੁਆਇੰਟ ਪਹਿਲੀ ਵਾਰੀ ਚ ਘੱਟ ਗਈ। ਕਹਿੰਦੇ ਗੋਲੀਆਂ ਮੈਂ 2 ਵੀ ਖਾ ਰਿਹਾ ਤਾਂ ਵੀ ਫਰਕ ਨਹੀਂ ਪੈ ਰਿਹਾ ਤੇ ਅੱਜ ਜਦੋਂ ਦੂਜੀ ਵਾਰੀ ਪਹੁੰਚੇ ਤੇ ਉਹ ਤੋਂ ਵੀ ਹੁਣ ਥੱਲੇ ਆ ਚੁੱਕੀ, ਯਾਨੀ ਕਿ ਫਾਇਦਾ ਜਿਹੜਾ ਕੀ ਹੈ ਲਗਾਤਾਰ ਹੁੰਦਾ ਵਾ, ਨਜ਼ਰ ਆ ਰਿਹਾ। ਤੇ ਕਹਿੰਦੇ ਮੈਂ ਤਾਂ ਹੁਣ ਆਪਣੇ ਸੱਜਣ ਮਿੱਤਰਾਂ ਨੂੰ ਸਲਾਹ ਦਊਂਗਾ ਕਿ ਭਾਈ ਗੋਲੀਆਂ ਛੱਡ ਦਿਓ, ਇੱਥੇ ਆ ਜਾਓ ਤੇ ਇਹ ਜਿਹੜਾ ਹੁਣ ਤੇਲ ਹੈ ਇਹਦਾ ਇਸਤੇਮਾਲ ਜ਼ਰੂਰ ਕਰੋ। ਭਾਈ ਸਾਹਿਬ ਤੁਹਾਡਾ ਇੱਕ ਪੈਰ ਜਾ ਚੁੱਕਾ ਹੈ ਸ਼ੂਗਰ ਕਰਕੇ ਤੇ ਹੁਣ ਜੇਟੀ ਆਯੁਰਵੇਦਾ ਕੋਲ ਆਏ ਹੋ, ਕਿੰਨਾ ਕੁ ਫਰਕ ਮਹਿਸੂਸ ਹੋ ਰਿਹਾ? ਮੈਨੂੰ ਬਹੁਤ ਜ਼ਿਆਦਾ ਮਹਿਸੂਸ ਹੋ ਰਿਹਾ। ਮੈਂ ਆਪਣੇ 3 ਟਾਈਮ ਯੂਜ ਕਰਦਾ ਪਿਆ, ਜਿਹੜੀ ਇਨਸੂਲਿਨ ਲੱਗਦੀ ਸੀਗੀ 4 ਟਾਈਮ, ਕਿਹੜੀ ਹੁਣ ਮੈਂ 30 ਪੁਆਇੰਟ ਲਾਉਂਦਾ ਹੈਗਾ ਉਹ ਮੈਂ ਹੁਣ 10 ਪੁਆਇੰਟ ਕਰ ਦਿੱਤਾ। ਉਹਦੇ ਕਰਕੇ ਮੇਰਾ ਕਿਹੜਾ ਦੂਜਾ ਪੈਰ ਸੀਗਾ ਉਹ ਵੀ ਇਸੇ ਕੱਟਣ ਦੇ ਯੋਗ ਹੋ ਗਿਆ ਸੀਗਾ, ਕਿਹੜਾ ਉਹਦਾ ਕਰਕੇ ਮੈਂ ਹੁਣ ਬਿਲਕੁਲ ਸਹੀ ਆ। ਕਿਹੜੀ ਮੇਰੀ ਸ਼ੂਗਰ ਆ ਉਹ 130-132 ਇਸ ਤੱਕ ਰਹਿੰਦੀ। ਕੋਈ ਤੁਸੀਂ ਬੈਠ ਜਾਓ ਆਰਾਮ ਨਾਲ, ਕਿਉਂਕਿ ਮੁਸ਼ਕਿਲ ਹੈਗਾ ਇੱਕ ਪੈਰ ਤੇ ਖੜਾ ਹੋਣਾ, ਪਰ ਇੱਕ ਉਮੀਦ ਜਿਹੜੀ ਕੀ ਹੈ ਜੇਟੀ ਆਯੁਰਵੇਦਾ ਨੇ ਜਗਾਈ ਹੋਣੀ ਕਿ ਚਲੋ ਦੂਜਾ ਪੈਰ ਦੇ ਵੀ ਹਾਲਾਤ ਕਾਫੀ ਖਰਾਬ ਹੋ ਚੁੱਕੇ ਆ। ਤੁਸੀਂ ਦਿਖਾ ਰਹੇ ਸੀਗੇ ਕਿ ਜਿਹੜੇ ਹਾਲਾਤ ਆ ਉਹ ਇੱਕ ਵਾਰ ਦਰਸ਼ਕਾਂ ਨੂੰ ਵੀ ਦਿਖਾ ਦਿਓ ਕਿ ਹਾਲਾਤ ਕੀ ਹੋ ਚੁੱਕੇ ਹੋਏ ਆ, ਪਰ ਹੁਣ ਜਦੋਂ ਮਾਲਿਸ਼ ਕਰਦੇ ਪਿਓ ਤੇ ਫਰਕ ਜਿਹੜਾ ਕਿ ਪੈਣਾ ਸ਼ੁਰੂ ਹੋ ਗਿਆ ਹੈ ਨਾ? ਹਾਂਜੀ ਸਰ, ਮਾਲਿਸ਼ ਕਰਨਾ ਬਹੁਤ ਮੈਨੂੰ ਫਰਕ ਪਿਆ। ਤੇ ਆਨੇ ਕਿੱਥੋਂ ਆਵੇ ਤੁਸੀਂ ਇੱਥੇ? ਇਹ ਮੈਂ ਆਪਣੇ ਜਲੰਧਰ ਜ਼ਿਲ੍ਹਾ, ਮੇਰਾ ਪਿੰਡ ਦਿਆਲਪੁਰ ਹੈ। ਹਾਂਜੀ, ਮੇਰਾ ਨਾਮ ਸੁਖਵਿੰਦਰ ਆ। ਕਿਹਨੇ ਦੱਸਿਆ, ਕਿਹਨੇ ਸੀ ਵੇ ਤੁਹਾਨੂੰ ਇਹਦਾ ਬਾਰੇ? ਮੈਂ ਆਪਣੇ ਮੇਰੇ ਇੱਥੇ ਮਿੱਤਰ ਜਸਵੰਤ ਭਾਜੀ ਆ, ਉਹਨਾਂ ਨੇ ਦੱਸਿਆ ਹੈਗਾ ਤੇ ਮੈਂ ਫਿਰ ਆਇਆ ਸੀ ਇਹਨਾਂ ਤੋਂ। ਮੈਨੂੰ ਕਾਫੀ ਆਪਣੇ ਹੋ ਗਏ 20 ਦਿਨ ਹੋ ਗਏ ਇਹਨੂੰ ਯੂਜ ਕਰਦੇ ਨੂੰ, ਮੈਨੂੰ ਬਹੁਤ ਫਰਕ ਪਿਆ। ਕਿਉਂਕਿ ਟੀਕੇ ਲਗਾਉਣੇ ਬਹੁਤ ਔਖੇ ਹੈਗੇ, ਬਹੁਤ ਔਖਾ। ਮੈਂ 4 ਟਾਈਮ ਟੀਕੇ ਲਾਉਣਾ ਬਹੁਤ ਔਖਾ। 4 ਟਾਈਮ ਟੀਕੇ ਲਾਉਂਦੇ ਸੀਗੇ? ਹਾਂਜੀ। ਤੇ ਕਿੰਨੇ ਕੁ ਉਹਦੇ ਹੁੰਦੀ ਸੀਗੀ, ਜਿਹੜੀ ਮਾਤਰਾ ਕਿੰਨੀ ਹੁੰਦੀ ਸੀਗੀ? ਉਹ 30 ਪੁਆਇੰਟ ਹੁੰਦੀ ਸਵੇਰੇ, 30 ਪੁਆਇੰਟ ਦੁਪਹਿਰੇ, ਸ਼ਾਮੀ ਤੇ ਰਾਤ ਨੂੰ 10 ਵਜੇ 30 ਪੁਆਇੰਟ। ਯਾਨੀ ਕਿ ਉਹ ਇੱਕ ਲਾਈਫ ਦਾ ਸਰਕਲ ਬਣ ਚੁੱਕਾ ਹੋਇਆ ਸੀਗਾ, ਉਹਦੇ ਬਿਨਾਂ ਸਰਵਾਈਵ ਵੀ ਨਹੀਂ ਸੀਗਾ। ਲੱਤ ਜਾ ਚੁੱਕੀ ਹੋਈ ਸੀਗੀ, ਲੱਤ ਬ੍ਰੇਕ ਵੀ ਨਹੀਂ ਜਾ ਚੁੱਕੀ। ਤੇ ਫਿਰ ਹੁਣ ਕਿੰਨਾ ਕੁ ਫਰਕ ਲੱਗਦਾ ਪਿਆ ਚੀਜ਼ ਦਾ? ਹੁਣ ਦੁਬਾਰਾ ਇੱਕ ਉਮੀਦ ਜਗ ਚੁੱਕੀ ਹੋਈ ਹੈ। ਹਾਂਜੀ ਸਰ,
ਮੇਰਾ ਦੂਜਾ ਪੈਰ ਕਿਹੜਾ ਸੀ, ਇਹ ਵੀ ਨਾ ਬਹੁਤ ਖਰਾਬ ਹੋ ਗਿਆ ਸੀਗਾ। ਇਹ ਦੇਖੋ ਮੈਨੂੰ ਹੋ ਗਿਆ 20 ਦਿਨ ਹੋ ਗਏ ਕਰਦੇ ਨੂੰ ਮਾਲਿਸ਼। ਦਿਨ ਚ ਹੁਣ ਕਿੰਨੀ ਕੁ ਵਾਰੀ ਮਾਲਿਸ਼ ਕਰ ਰਹੇ ਹੋ? ਮੈਂ 3 ਟਾਈਮ ਕਰਦਾ। 3 ਟਾਈਮ ਕਰਦੇ ਨੇ ਤੇ ਹੁਣ ਕੀ ਸ਼ੂਗਰ ਲੈਵਲ ਕੀ ਆ ਰਿਹਾ ਤੁਹਾਡਾ? ਸ਼ੂਗਰ ਮੇਰੀ ਹੁਣ ਲੈਵਲ ਆ ਰਹੀ ਹੈ 100 ਮੰਨ ਲਓ 32 119 ਇੰਚ ਤੱਕ ਦੀ ਬਸ। ਤੇ ਫਿਰ ਜਦੋਂ ਟੀਕੇ ਲਾਉਂਦੇ ਹੁੰਦੇ ਸੀ ਉਦੋਂ ਮੇਰੀ 300 ਤੋਂ ਉੱਪਰ ਚੱਲ ਜਾਂਦੀ ਸੀ। ਟੀਕੇ ਲਾਉਣ ਤੋਂ ਬਾਅਦ 300 ਰਹਿੰਦੇ ਸੀ? ਹਾਂਜੀ ਸਰ। ਯਾਨੀ ਕਿ ਬਹੁਤ ਅੰਤਰ ਆ ਚੁੱਕਾ ਹੋਇਆ ਵੈ, ਨੰਬਰ ਹੀ ਚੇਂਜ ਹੋ ਚੁੱਕੇ ਹੋਏ ਆ। 200 ਤੋਂ ਥੱਲੇ ਸੀ ਕਿੱਥੇ ਹੁਣ ਆ ਚੁੱਕੀ ਹੈ, ਕਿੱਥੇ 300 ਪਾਰ ਜਾਂਦੀ ਪਈ ਸੀ। ਤੇ ਖਤਰਾ ਵੀ ਰਹਿੰਦਾ ਹੋਣਾ ਉਸ ਵੇਲੇ, ਹਨਾ? ਖਤਰਾ ਬਹੁਤ ਸੀ। ਕਰਦੇ ਫਿਰ ਕੀ ਕਹਿੰਦੇ ਜਦੋਂ ਪਤਾ ਲੱਗਾ, ਕਿਉਂਕਿ ਬੰਦਾ ਨਵੀਂ ਚੀਜ਼ ਦਾ ਰਿਸਕ ਵੀ ਨਹੀਂ ਲੈਂਦਾ ਛੇਤੀ? ਕਰਦੇ ਇਹ ਕਹਿੰਦੇ ਵੀ ਤੂੰ ਟੀਕਾ ਲਾਈ ਜਾ, ਵੀ ਇਹ ਤੇ ਕਿਵੇਂ ਕੋਈ ਮਸ਼ਹੂਰੀਆਂ ਦਿੰਦੇ ਆ ਵੀ ਨਹੀਂ ਠੀਕ ਹੁੰਦਾ। ਪਰ ਨਹੀਂ, ਮੈਂ ਮੇਰੇ ਮਿੱਤਰ ਸੀਗੇ ਜਸਵੰਤ ਭਾਜੀ, ਉਹਨਾਂ ਨਾਲ ਮੈਂ ਗੱਲਬਾਤ ਕੀਤੀ ਹੈ ਤੇ ਮੈਨੂੰ ਕੋਈ ਇੱਥੇ ਸੱਦਿਆ, ਮੈਂ ਆਇਆ ਸੀਗਾ ਇੱਥੇ, ਇਹਨਾਂ ਦੇ ਆਪਣੇ ਦਵਾਈ ਲੈ ਕੇ ਆਪਣੇ ਉਹ ਮੈਂ ਯੂਜ ਕੀਤੀ ਆ ਤੇ ਮੈਨੂੰ 20 ਦਿਨਾਂ ਵਿੱਚ ਆਰਾਮ ਆ ਗਿਆ। ਯਾਨੀ ਕਿ ਅਸਲ ਨਿਕਲੇ ਜੋ ਚੀਜ਼ਾਂ ਦੇਖੀ ਸੀ? ਹਾਂਜੀ ਹਾਂਜੀ, ਮੈਨੂੰ ਬਹੁਤ ਪ੍ਰੋਬਲਮ ਪਈਆਂ ਸੀਗੀਆਂ, ਮੈਨੂੰ ਕਬਜ਼ ਰਹਿੰਦੀ ਸੀਗੀ, ਮੈਂ 3 ਦਿਨ ਰੋਟੀ ਖਾਂਦਾ ਹੈਗਾ ਤੇ 4th ਦਿਨ ਮੈਨੂੰ ਟੌਟ ਲੱਗਦੀ ਸੀਗੀ ਤੇ ਟੌਟ ਮੈਨੂੰ ਇੰਨੀ ਲੱਗਦੀ ਸੀਗੀ ਘੱਟੋ ਘੱਟ 20-25 ਟੌਟ ਮੈਂ ਕਰ ਹੀ ਲੈਂਦਾ ਹੈਗਾ, ਮੈਂ ਦਵਾਈ ਵੀ ਖਾ ਲੈਂਦਾ ਹੈਗਾ ਪਰ ਫਿਰ ਵੀ ਮੈਨੂੰ ਆਰਾਮ ਨਹੀਂ ਹੁੰਦਾ ਸੀਗਾ। ਪਰ ਹੁਣ ਮੈਨੂੰ ਉਦਣ ਦੀ ਨਾ ਮੈਨੂੰ ਟੌਲਟ ਆਈ ਆ ਨਾ ਮੈਨੂੰ ਕਬਜ਼ ਹੋਈ ਆ, ਬਿਲਕੁਲ ਮੈਂ ਸਹੀ ਹਾਂ। ਬਿਲਕੁਲ ਜਿਸ ਤਰ੍ਹਾਂ ਤੁਸੀਂ ਸੁਣਿਆ ਹੈਗਾ, ਉਹਨਾਂ ਦਾ ਕਹਿਣਾ ਕਿ ਘਰਦਿਆਂ ਨੇ ਇੱਕ ਵਾਰੀ ਤਾਂ ਆਇਆ ਸੀ ਕਿ ਐਡ ਦੇ ਕੇ ਕਾਕਾ ਨਾ ਜਾ, ਪਰ ਜਦੋਂ ਇੱਥੇ ਆਇਆ ਤੇ 100% ਰਿਜ਼ਲਟ ਮਿਲੇ ਹੈਗੇ। ਕਹਿੰਦੇ ਕਿ ਮੈਂ ਜ਼ਿੰਦਗੀ ਇਹੋ ਚੁੱਕੀ ਸੀਗੀ, ਜਾਂ ਤਾਂ ਮੈਂ ਟੀਕੇ ਲਾਉਂਦਾ ਸੀਗਾ, ਤਬੀਅਤ ਖਰਾਬ ਰਹਿੰਦੀ ਸੀ, ਗੋਲੀਆਂ ਖਾਣੀ ਪੈਂਦੀ ਸੀ ਤੇ ਉਸ ਤੋਂ ਬਾਅਦ ਵੀ ਸ਼ੂਗਰ ਜਿਹੜੀ ਕਿ 300 ਪਾਰ ਜਾਂਦੀ ਸੀ, ਲੇਕਿਨ ਹੁਣ ਜਦੋਂ ਮਾਲਿਸ਼ ਕਰਦੇ ਪਏ ਆ ਤੇ 150-140 ਯਾਨੀ ਕਿ ਬਹੁਤ ਘੱਟ ਚੁੱਕੀ ਹੋਈ ਹੈ ਤੇ ਇੱਕ ਚਿਹਰੇ ਤੇ ਖੁਸ਼ੀ ਵੀ ਦੇਖਣ ਨੂੰ ਮਿਲੀ, ਕਿਉਂਕਿ ਕਿਤੇ ਨਾ ਕਿਤੇ ਜ਼ਿੰਦਗੀ ਬੰਦੇ ਦੀ ਖਰਾਬ ਹੋ ਜਾਂਦੀ ਜਦੋਂ 4-4 ਦਿਨ ਚ ਟੀਕੇ ਲਾਣੇ ਪਵੇ ਤੇ ਉਸ ਤੋਂ ਬਾਅਦ ਦਰਦ ਸਹਿਣਾ ਪੈਂਦਾ ਵੈ ਤੇ ਉਸ ਤੋਂ ਬਾਅਦ ਇੱਕ ਪੈਰ ਵੀ ਗਵਾ ਚੁੱਕੀ ਸੀ ਤੇ ਦੂਜਾ ਪੈਰ ਵੀ ਕਾਫੀ ਖਰਾਬ ਹੋ ਚੁੱਕਿਆ, ਲੇਕਿਨ ਹੁਣ ਉਮੀਦ ਹੈ ਕਿ ਦੂਜਾ ਪੈਰ ਵੀ ਬਚੂਗਾ ਤੇ ਹਾਲਤ ਵੀ ਜਿਹੜੀ ਕੀ ਹੈ ਸਹੀ ਹੋ ਜੂਗੀ। ਬਿਲਕੁਲ, ਨਿਊਜ਼ 18 ਦੀ ਟੀਮ JT ਆਯੁਰਵੈਦਿਕ ਦੇ ਵਿਹੜੇ ਪਹੁੰਚੀ ਹੋਈ ਹੈ, ਅਸੀਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ ਤੇ ਬਹੁਤ ਸਾਰੇ ਮਰੀਜ਼ ਵੀ ਜਿਹੜੇ ਪੁੱਜੇ ਹੋਏ ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਸਰ, ਕਿੱਥੋਂ ਆਏ ਹੋ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਤਨ ਲਾਲ ਹੈ ਜੀ ਤੇ ਮੈਂ ਜਲੰਧਰ ਤੋਂ ਆਇਆ। ਸਰ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜਦੋਂ ਸ਼ੂਗਰ ਸੀਗੀ ਤੇ ਕਿੰਨਾ ਟਾਈਮ ਹੋ ਗਿਆ ਸੀ ਅੰਗਰੇਜ਼ੀ ਦਵਾਈਆਂ ਖਾਂਦੇ ਹੋਏ? ਮੈਨੂੰ ਤਾਂ ਸ਼ੂਗਰ ਹਾਲੇ ਨਵੀਂ ਹੋਈ ਸੀ, ਮੈਂ ਕਦੇ ਚੈੱਕ ਵੀ ਨਹੀਂ ਕਰਾਈ ਸੀ। ਅੱਛਾ, ਪਹਿਲੀ ਵਾਰੀ ਚੈੱਕ ਕਰਾਈ ਜਦੋਂ ਮੈਨੂੰ ਪ੍ਰੋਬਲਮ ਲੱਗੀ ਤਾਂ 409 ਆਈ। ਅੱਛਾ, ਤੇ ਮੈਨੂੰ ਪਤਾ ਲੱਗਾ ਇਹਨਾਂ ਦਾ ਭਾਈ ਦਾ ਤੇ ਤੁਹਾਡੀ ਵੀਡੀਓ ਦੇਖ ਕੇ ਤੇ ਉਹਦੇ ਵਿੱਚ ਫਿਰ ਅਸੀਂ ਜਦੋਂ ਦੂਸਰੇ ਦਿਨ ਉੱਥੇ ਆਏ ਹਾਂ ਤੇ ਇਹਨਾਂ ਨੇ ਕੁਛ ਖਾਧਾ ਪੀਤਾ ਨਹੀਂ ਸੀਗਾ। ਅੱਛਾ, ਤੇ ਉਦੋਂ ਸੀਗੀ 357 ਤੇ ਉਸ ਤੋਂ ਪਹਿਲਾਂ ਗੋਲੀ ਗੋਲੀ ਕੋਈ ਖਾਧੀ ਸੀ ਦਵਾਈ? ਨਹੀਂ, ਕੁਛ ਨਹੀਂ ਖਾਧਾ ਸੀ। ਅੱਛਾ, ਪਹਿਲਾਂ ਦਵਾਈ ਨਹੀਂ ਖਾਧੀ? ਉਹ ਰਾਤ ਨੂੰ ਗੋਲੀ ਖਾਧੀ ਸੀ, ਰਾਤੀ ਦਵਾਈ ਖਾਧੀ ਸੀ। ਠੀਕ, ਤੇ ਉਸ ਤੋਂ ਬਾਅਦ ਜਦੋਂ ਇਹਨਾਂ ਕੋਲ ਥੈਰੇਪੀ ਕੀਤੀ ਆ ਉਸ ਤੋਂ ਬਾਅਦ ਦੇ ਵਿੱਚ ਉਹ ਰਹਿ ਗਈ ਆ 175 ਕਿੰਨੀ ਦੇਰ ਥੈਰੇਪੀ ਕੀਤੀ? 15-20 ਮਿੰਟ। ਯਾਨੀ ਕਿ 15 ਮਿੰਟ ਥੈਰੇਪੀ ਕਰਨ ਤੋਂ ਬਾਅਦ 175 ਤੁਹਾਡੀ ਜਿਹੜੀ ਸ਼ੂਗਰ ਰਹਿ ਗਈ, ਰਾਤੀ ਗੋਲੀ ਵੀ ਖਾਧੀ ਤੇ ਬਹੁਤ ਘੱਟ ਫਰਕ ਪਿਆ, ਅੰਗਰੇਜ਼ੀ ਦਵਾਈਆਂ ਕਹਿ ਕੇ ਖਾ ਕੇ ਆਉਂਦੇ ਫਰਕ ਪੈਂਦਾ, ਪਰ ਇੱਕ ਪੈਰ ਤੇ ਮਾਲਿਸ਼ ਕਰਨ ਦੇ ਨਾਲ ਇੰਨਾ ਜ਼ਿਆਦਾ ਫਰਕ ਪਿਆ ਸੀਗਾ? ਚਲੋ, ਪਰਮਾਤਮਾ ਸਭ ਨੂੰ ਫਰਕ ਪਾਵੇ, ਲੇਕਿਨ ਸਾਡੇ ਤਾਂ ਕਦੀ ਪਰਮਾਤਮਾ ਕਰਕੇ ਕਦੇ ਮਤਲਬ ਏਦਾਂ ਦੀ ਨਾ ਹੋਈ ਸੀ, ਨਾ ਹੀ ਅਸੀਂ ਇਸ ਚੱਕਰ ਚ ਕਦੀ ਪਏ ਹਾਂ। ਪਰ ਇਹ ਆ ਕਿ ਜਦੋਂ ਸ਼ੁਰੂ ਤੋਂ ਅਸੀਂ ਦੇਖੀ ਆ ਵੀ 409 ਆ ਗਈ, ਸਾਨੂੰ ਲੱਗਿਆ ਜਿੱਦਾਂ ਬਹੁਤ ਜ਼ਿਆਦਾ ਆ, ਬਾਕੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ, ਤੇ ਜਦੋਂ ਸਾਨੂੰ ਇੰਨਾ ਫਰਕ ਇੱਕਦਮ ਪਿਆ, ਇੱਕ ਸਕੂਨ ਤਾਂ ਜ਼ਰੂਰ ਮਿਲਦਾ ਹੋਊਗਾ, ਕਿਉਂਕਿ ਅੰਗਰੇਜ਼ੀ ਦਵਾਈਆਂ ਜਦੋਂ ਖਾਣੀ ਪੈ ਜਾਂਦੀ ਬੰਦੇ ਨੂੰ ਉਦਾਂ ਹੀ ਬੜੀ ਔਖ ਹੁੰਦੀ ਹੈ, ਤੇ ਹੁਣ ਜਦੋਂ ਪਤਾ ਯਾਰ ਘਰ ਗਿਆ ਤੇਲ ਨਾਲ ਮਾਲਿਸ਼ ਕਰਾਈ ਤੇ ਮੈਂ ਮੇਰੀ ਸ਼ੂਗਰ ਇੱਕਦਮ ਨੋਰਮਲ ਹੋ ਗਈ। ਹੁਣ ਤਾਂ ਚੈੱਕ ਕਰਾਉਣ ਦੀ ਵੀ ਨਹੀਂ ਲੋੜ ਰਹਿਣੀ।
ਅੱਛਾ ਮਤਲਬ ਇੰਨਾ ਕੰਫੀਡੈਂਸ ਹੋ ਚੁੱਕਾ ਕਿ ਭਾਈ ਹੁਣ ਮੈਂ ਮਾਲਿਸ਼ ਕਰਾ ਲਈ ਤਾਂ ਹੁਣ ਮੈਨੂੰ ਲੋੜ ਵੀ ਨਹੀਂ ਚੈੱਕ ਕਰਾਉਣ ਹੋਰ ਚੈੱਕ ਕਰਾਉਣ ਦੀ ਕੋਈ ਲੋੜ ਬਿਲਕੁਲ ਅਸੀਂ ਹੋਰ ਵੀ ਗੱਲਬਾਤ ਕਰਦੇ ਰਵਾਂਗੇ ਕਿਉਂਕਿ ਬਹੁਤ ਸਾਰੇ ਅਲੱਗ ਅਲੱਗ ਪੇਸ਼ੈਂਟ ਆਏ ਹੋਏ ਆ ਕਿਉਂਕਿ ਜਦੋਂ ਲੋਕਾਂ ਨੂੰ ਅੰਗਰੇਜ਼ੀ ਦਵਾਈ ਖਾਣੀ ਪੈਂਦੀ ਹੈ ਵੈਸੇ ਹੀ ਬਹੁਤ ਜ਼ਿਆਦਾ ਬੰਦੇ ਨੂੰ ਮੁਸ਼ਕਿਲ ਹੁੰਦੀ ਹੈ ਤੇ ਜਦੋਂ ਇੱਕ ਮਾਲਿਸ਼ ਕਰਕੇ ਚੈਨ ਪੈ ਜੇ ਤਾਂ ਇਹ ਤੋਂ ਵੱਡੀ ਰੀਸ ਕਿਹੜੀ ਹੈਗੀ ਬੇਬੀ ਇੱਥੇ ਅੱਜ ਪਹੁੰਚੇ ਹੈਗੇ ਹੋ ਫਰਕ ਪੈ ਰਿਹਾ ਵੈ ਦਵਾਈ ਲਗਾਉਣ ਦੇ ਨਾਲ ਹਾਂਜੀ ਮੈਂ 30 ਤਰੀਕ ਤੋਂ ਦਵਾਈ ਲਾਉਣੀ ਹੈ ਅੱਛਾ ਤੇ ਮੈਨੂੰ 25-30 ਪੈਸੇ ਖਰਚ ਬੇਬੀ ਕਿੰਨਾ ਚਿਰ ਹੋ ਗਿਆ ਵੈ ਤੁਹਾਨੂੰ ਸ਼ੂਗਰ ਹੋਏ ਨੂੰ ਵੈਸੇ ਮੈਨੂੰ ਹੋ ਗਿਆ 3 ਸਾਲ 3 ਸਾਲ ਹੋ ਚੁੱਕੇ ਹੋਏ ਤੇ ਪਹਿਲਾਂ ਫਿਰ ਅੰਗਰੇਜ਼ੀ ਦਵਾਈ ਖਾ ਰਹੇ ਸੀਗੇ ਹਾਂ ਉਹ ਹੀ ਖਾਣੀ ਰੂਟੀਨ ਸੀਗੀ ਰੋਜ਼ ਦੀ ਗੋਲੀ ਲੱਗ ਜਾਂਦੀ ਇੱਕ ਹਾਂਜੀ ਹਾਂਜੀ ਤੇ ਹੁਣ ਜਦੋਂ ਤੇਲ ਮਾਲਿਸ਼ ਹੁੰਦੀ ਪਈ ਆ ਥੋੜਾ ਸੌਖ ਵੀ ਹੁੰਦੀ ਹੈ ਕਿ ਚਲੋ ਗੋਲੀਆਂ ਤੋਂ ਬਚਦੇ ਆ ਵੈਸੇ ਇਸ ਉਮਰ 'ਚ ਬਹੁਤ ਗੋਲੀਆਂ ਲੱਗ ਜਾਂਦੀ ਬੰਦੇ ਨੂੰ ਹਾਂਜੀ ਹੁਣ ਮੈਂ ਗੋਲੀ ਨਹੀਂ ਖਾਂਦੀ ਤੇ ਕਿੱਦਾਂ ਦਾ ਰਿਹਾ ਐਕਸਪੀਰੀਅੰਸ ਪੂਰਾ ਕਿੰਨਾ ਕੁ ਫਾਇਦਾ ਠੀਕ ਫਾਇਦਾ ਹੁੰਦਾ ਹੈ ਕਿ ਹਾਂ ਫਾਇਦਾ ਮੈਨੂੰ ਤੇ ਹੁਣ ਗੋਲੀ ਫਿਰ ਖਾਂਦੇ ਪਏ ਕਿ ਨਹੀਂ ਅੱਜ ਕੱਲ੍ਹ ਛੱਡ ਦਿੱਤੀ ਅਦਰ ਯਾਨੀ ਕਿ ਗੋਲੀ ਬਿਲਕੁਲ ਬੰਦ ਕਰ ਦਿੱਤੀ ਬਿਲਕੁਲ ਬੰਦ